01 ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਜੁੜ ਗਏ ਨੇ। ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭੱਟੀ ਸਾਹਿਬ। ਜਿਹੜੇ ਲੱਖੋਵਾਲ ਸਾਹਿਬ ਨੇ ਕਿਵੇਂ ਆਪਣੇ ਆਪ ਹੀ ਕਹਿੰਦੇ ਵੀ ਆਪਦਾ ਗੇਰ ਆਪ ਹੀ ਪਾ ਲੈਂਦੇ ਆ ਤੇ ਪਤਾ ਚੱਲਿਆ ਕਿ ਇਹਨਾਂ ਨੇ ਪਹਿਲਾਂ ਤਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਖੇਤੀ ਕਾਨੂੰਨ ਹੈ ਇਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਕੇਸ ਪਾ ਦਿੱਤਾ ਤੇ ਹੁਣ ਕਹਿੰਦੇ ਜੀ ਅੱਜ ਪਟੀਸ਼ਨ ਵੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਹ ਹੈ ਕੀ ਕਾਲਾ ਮਾਲਾ ਜੀ? ਪਹਿਲੀ ਗੱਲ ਤੇ ਬਹੁਤ ਸਾਰੇ ਲੋਕ ਲੱਖੋਵਾਲ ਸਾਹਿਬ ਨੂੰ ਕਿਸਾਨ ਮੰਨਣ ਲਈ ਤਿਆਰ ਨਹੀਂ। ਕਹਿੰਦੇ ਇਹਨੇ ਖੇਤੀ ਕੀਤੀ ਨੀ, ਕਿਸਾਨ ਕਾਹਦਾ। ਦੂਸਰੀ ਚੀਜ਼, ਜਦੋਂ ਪੰਜਾਬ ਤੇ ਹਰਿਆਣੇ ਦੇ ਪਾਣੀ ਦੀ ਗੱਲ ਚੱਲੀ ਸੀ, HOA ਦੀ ਗੱਲ ਚੱਲੀ ਸੀ, ਲੱਖੋਵਾਲ ਨੇ ਕਿਹਾ ਸੀ ਵੀ ਪੰਜਾਬ ਨੂੰ ਹਰਿਆਣੇ ਨੂੰ ਪਾਣੀ ਦੇ ਦੇਣਾ ਚਾਹੀਦਾ। ਦੱਸੋ, ਬੜਾ ਸਿਆਣਾ, ਬੜਾ ਸਿਆਣਾ ਤੇ ਆਈਏ ਨਾ। ਫਿਰ ਇਹ ਗੱਲ ਵੀ 10 ਸਾਲ ਤੁਸੀਂ ਬਾਦਲਾਂ ਦੀ ਸਰਕਾਰ ਚ ਪੂਰੀਆਂ ਮੌਜਾਂ ਮਾਰੀਆਂ, ਤੁਸੀਂ 10 ਸਾਲਾਂ ਚ ਕਿਸਾਨਾਂ ਦੇ ਹੱਕ ਚ ਬੜਾ ਕੁਛ ਕਰ ਸਕਦੇ ਸੀ, ਦੱਸੋ ਕੀ ਕੀਤਾ ਕੀ ਹੈ? ਲੱਖੋਵਾਲ ਤੁਹਾਨੂੰ ਇੰਨੀ ਗੱਲ ਕਹੀ, ਮੈਂ ਇੱਕ ਵਾਰੀ ਮੇਰੀ ਦੀ ਮੁਲਾਕਾਤ ਹੋਈ, ਮੈਂ ਕਿਹਾ ਜੀ ਜਿਹੜੇ ਤੁਹਾਡੇ ਕੰਟਰੈਕਟਰ ਰੋਡ ਕੰਟਰੈਕਟਰ ਹੈਗੇ ਉਹ ਕਹਿੰਦੇ ਆ ਵੀ ਸਾਨੂੰ ਜਿੰਨੀ ਅਸੀਂ ਅਮਾਊਂਟ ਲਿਖ ਕੇ ਦਿੰਦੇ ਓਨੀ ਦਿੱਤੀ ਜਾਵੇ ਤੇ ਅਸੀਂ ਉਹਨੂੰ ਜਿਹੜੀ ਆ ਉਹ 3 ਸਾਲ ਦੀ ਗਰੰਟੀ ਦਿਆਂਗੇ ਸੜਕ ਦੀ, ਤੇ ਤੁਸੀਂ ਜੇ ਅਸੀਂ 1 ਕਰੋੜ ਦਾ ਦਿੰਦੇ ਆ ਬਜਟ ਤਾਂ ਤੁਸੀਂ ਦਿੰਦੇ ਸਾਨੂੰ 40 ਲੱਖ ਰੁਪਇਆ, ਉਹਦੇ ਵਿੱਚ ਹਿੱਸਾ ਮੰਗ ਲਓ, ਫਿਰ ਸੜਕ ਤਾਂ ਬਣਨੀ ਹੈ ਨਾ। ਇਹਨੇ ਉਦੋਂ ਕਿਹਾ ਸੀ ਵੀ ਅਸੀਂ ਜਿਹੜੀ ਆ ਉਹ 10 ਸਾਲ ਦੀ ਗਰੰਟੀ ਲਵਾਂ ਤੇ ਸੜਕਾਂ ਬਣੀਆਂ ਜਿਹੜੀ ਗਰੰਟੀ ਕਿੱਥੋਂ ਲੈਣੀ ਸੀ? ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਨਾਂ ਨੇ ਆਪਾਂ ਧਾਪੀ ਕਰਦੇ ਆ ਕਿਹਦੇ ਕਹਿਣ ਤੇ ਜੋ ਕੀਤਾ, ਲੋਕ ਤੇ ਇਹ ਵੀ ਦੋਸ਼ ਲਾਉਂਦੇ ਆ ਵੀ ਇਹਨਾਂ ਨੇ ਬਾਦਲਾਂ ਦੇ ਕਹਿਣ ਤੇ ਪਟੀਸ਼ਨ ਦਾਇਰ ਕੀਤੀ, ਪਟੀਸ਼ਨ ਦਾਇਰ ਕਰ ਦਿੱਤੀ ਵੀ ਆਹ ਕਾਨੂੰਨ ਵਾਪਸ ਲੈ ਜਾਂਦੇ ਕਿਸਾਨ ਦੇ ਹਿੱਤ ਦੇ ਵਿੱਚ ਨਹੀਂ। ਜਦੋਂ ਤੁਸੀਂ 31 ਮੈਂਬਰੀ ਜਿਹੜੀ 31 ਮੈਂਬਰੀ ਕਮੇਟੀ ਆ ਸਾਡੀ ਆਪਣੀ 31 ਜਥੇਬੰਦੀਆਂ ਦੇ ਮੈਂਬਰ ਹੋ ਤੁਸੀਂ, ਹਾਂਜੀ, ਘੱਟੋ ਘੱਟ ਸਾਥੀਆਂ ਨੂੰ ਕੌਨਫੀਡੈਂਸ ਲਾਓ ਤੁਸੀਂ, ਬਿਲਕੁਲ ਚਾਹੀਦਾ ਵੀ ਹੈ। ਉਹਦੇ ਵਿੱਚ ਜਿਹੜੀ 13 ਮੈਂਬਰੀ ਅੱਗੇ ਕਮੇਟੀ ਬਣੀ ਤੁਸੀਂ ਉਹ ਚ ਵੀ ਮੈਂਬਰ ਹੋ, ਉਹਨਾਂ ਦੀ ਅੱਜ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਗਿਆ ਭਾਈ ਜਿਹੜਾ ਬੰਦਾ ਖਰਾਬ ਕਰਦਾ ਉਹਨੂੰ ਆਪਣੇ ਵਿੱਚੋਂ ਕੱਢ ਕੇ ਪਾਸੇ ਕਰਦੇ, ਆਪਣੀ ਮਰਜ਼ੀ ਕਰਨੀ ਕਰ ਲੈ ਜੀ। ਉੱਥੇ ਫਿਰ ਲੱਖੋਵਾਲ ਦੇ ਬੰਦੇ ਨੇ ਕਿਹਾ ਜੀ ਅਸੀਂ ਪਟੀਸ਼ਨ ਪਾਈ ਜਰੂਰ ਆ, ਅਸੀਂ ਪੁੱਛਿਆ ਕਿਸੇ ਨੂੰ ਅਸੀਂ ਪਟੀਸ਼ਨ ਵਾਪਸ ਲੈਂਦੇ, ਉਹਨਾਂ ਕਿਹਾ ਜਿੰਨਾ ਚਿਰ ਤੁਸੀਂ ਪਟੀਸ਼ਨ ਵਾਪਸ ਨਹੀਂ ਲੈਂਦੇ ਉਹਨਾਂ ਤੇ ਤੁਸੀਂ ਸਾਡੇ ਇਸ ਗਰੁੱਪ ਤੋਂ ਪਾਸੇ ਜੇ ਜੋ ਪਟੀਸ਼ਨ ਵਾਪਸ ਲੈ ਗਏ ਫੇਰ ਸੋਚਾਂਗੇ ਤੁਹਾਨੂੰ ਕੋਈ ਜ਼ਿੰਮੇਵਾਰੀ ਦੇਣੀ ਆ ਜਾਂ ਨਹੀਂ ਦੇਣੀ। ਬਿਲਕੁਲ, ਇਸ ਕਰਕੇ ਇਹਨਾਂ ਆਪ ਉਦਰਾਪਨ ਕੀਤਾ ਕਿ ਅਸੀਂ ਚੱਲਦੀ ਹੈ। ਹੁਣ ਜੇ ਪਟੀਸ਼ਨ ਸੁਪਰੀਮ ਕੋਰਟ ਚ ਪੈ ਗਈ ਤੇ ਮੁੜ ਕੇ ਸਰਕਾਰ ਨੇ ਕਹਿਣੀ ਸਾਡੀ ਪਟੀਸ਼ਨ ਚੱਲਦੀ ਹੈ। ਹਾਂ, ਬਸ ਉਹ ਤਾਂ ਮਾਮਲਾ ਹੀ ਸਬ ਜੁਡੀਸ ਹੋ ਜੂਗਾ, ਫਿਰ ਸਰਕਾਰ ਕਹੂਗੀ ਜੋ ਫੈਸਲਾ ਉਹ ਕਰੂਗੀ, ਅਸੀਂ ਕਰ ਲਾਂਗੇ। ਤੁਹਾਨੂੰ ਪਤਾ ਹੋਏਗਾ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਤਨਾਮ ਸਿੰਘ ਬਹਿਰੂ, ਉਹਨਾਂ ਨੇ ਕਈ ਸਾਲ ਪਹਿਲਾਂ ਇੱਕ ਕੇਸ ਕੀਤਾ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਉਹ ਸਰਕਾਰ ਦੀ ਰਿਪੋਰਟ ਸਰਕਾਰ ਨੇ ਬਣਾਇਆ ਸੀਗਾ, ਉਹਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ ਤਾਂ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਜੀ। ਜੇ ਉਹ ਲਾਗੂ ਹੁੰਦੀਆਂ ਤੇ ਕਿਸਾਨ ਦਾ ਬਹੁਤ ਫਾਇਦਾ ਹੁੰਦਾ। ਮੋਦੀ ਸਰਕਾਰ ਨੇ ਲਿਖ ਕੇ ਦਿੱਤਾ ਵੀ ਜੇ ਕਿਤੇ ਇਹ ਸਿਫਾਰਿਸ਼ਾਂ ਲਾਗੂ ਕਰ ਦਿੱਤੀਆਂ ਗਈਆਂ ਤੇ ਦੇਸ਼ ਚ ਪਰਲੋ ਆ ਜਾਏਗੀ। ਅੱਛਾ ਜੀ, ਇਸ ਕਰਕੇ ਲਾਗੂ ਨੀ ਕੀਤੀਆਂ ਜਾ ਸਕਦੀਆਂ। ਹੁਣ ਸੁਪਰੀਮ ਕੋਰਟ ਨੇ ਉੱਤੇ ਫੈਸਲਾ ਕੁਝ ਦਿੱਤਾ, ਅਜੇ ਤੱਕ ਉਹਨੇ ਉਹ ਕੇਸ ਸੰਵਿਧਾਨਕ ਬੈਂਚ ਨੂੰ ਭੇਜ ਦਿੱਤਾ। ਅੱਛਾ ਜੀ, ਹੁਣ ਸੰਵਿਧਾਨਕ ਬੈਂਚ ਕੋਲੇ ਕਿੰਨਾ ਚਿਰ ਲਟਕ ਰਹਿੰਦਾ, ਉਹਦਾ ਫੈਸਲਾ ਆਉਂਦਾ ਜਾਂ ਨਹੀਂ ਆਉਂਦਾ ਕਦੋਂ ਆਉਂਦਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਲੇਕਿਨ ਇਹ ਕੇਸ ਵੀ ਜੇ ਪੈ ਜਾਂਦਾ ਤੇ ਇਹਦਾ ਮਤਲਬ ਤੁਸੀਂ ਸੈਬੋਟੇਜ ਕਰ ਰਹੇ ਹੋ, ਸਾਡਾ ਪਿੱਛੋਂ ਅੰਦਰ ਖਾਤੇ ਤੁਸੀਂ ਰਲੇ ਵੇ ਹੋ। ਹਾਂ, ਹੁਣ ਇਹਨਾਂ ਨੂੰ ਉਹਨਾਂ ਨੇ ਕਰਤਾ ਬਾਹਰ, ਭਾਈ ਪਹਿਲਾਂ ਕੇਸ ਵਾਪਸ ਲੈ ਕੇ ਆਓ ਫਿਰ ਸਾਡੇ ਨਾਲ ਗੱਲ ਕਰੋ, ਤੇ ਫਿਰ ਇਹਨਾਂ ਅਨਾਊਂਸਮੈਂਟ ਕਰਤੀ, ਐਲਾਨ ਕਰਤਾ ਵੀ ਅਸੀਂ ਕੇਸ ਵਾਪਸ ਲੈ ਰਹੇ, ਪਟੀਸ਼ਨ ਵਾਪਸ ਲੈ ਰਹੇ। ਅੱਛਾ ਜੀ ਜੀ ਜੀ, ਤੇ ਕੱਲ ਇਹਨਾਂ ਦੀ ਮੀਟਿੰਗ ਫਿਰ ਚੰਡੀਗੜ੍ਹ ਹੈਗੀ ਹੈ, ਅੱਜ 13 ਦੀ ਫਤਿਹਗੜ੍ਹ ਸਭੀ, ਕੱਲ 31 ਜਥੇਬੰਦੀਆਂ ਦੀ ਚੰਡੀਗੜ੍ਹ ਮੀਟਿੰਗ ਆ, ਉਹਦੇ ਵਿੱਚ ਫਿਰ ਫੈਸਲਾ ਲੈ ਜਾਏਗੀ ਕੀ ਕਰਨਾ ਕੀ ਨਹੀਂ ਕਰਨਾ। ਜੀ ਜੀ ਜੀ, ਚਲੋ ਵੈਸੇ ਤਾਂ ਪਤਾ ਹੀ ਨੀ, ਕਹਿੰਦੇ ਹੁੰਦੇ ਨਾ ਵੀ ਵਿਆਹ ਚ ਬੀ ਦਾ ਲੇਖਾ ਪਾਉਣ ਨੂੰ ਇਹ ਤਕੜਾ ਹੀ ਆ ਬਾਬਾ। ਚਲੋ ਮਰਜ਼ੀ ਉਹਦੀ, ਜੀ ਅਗਲੇ ਪਾਸੇ ਤਕੜੇ ਨੇ, ਐਕਸ਼ਨ ਲੈਣ ਵਾਲੇ ਉਹ ਕਿਹੜੇ ਮਾੜੇ ਨੇ। ਬਿਲਕੁਲ ਸਿਆਣੀ ਗੱਲ ਆ ਤੁਹਾਡੀ। ਹਾਂਜੀ, ਤੇ ਉਧਰ ਕਹਿੰਦੇ ਵੀ ਕਾਂਗਰਸ ਨੇ ਫੈਸਲਾ ਕੀਤਾ ਜੀ ਕੋਈ ਖੇਤੀ ਬਿੱਲਾਂ ਬਾਰੇ, ਕੀ ਫੈਸਲਾ ਜੀ ਇਹ? ਵੇਖੋ ਜਿਹੜੀ ਕਾਂਗਰਸ ਆ, ਕਾਂਗਰਸ ਬਾਰੇ ਸੋਨੀਆ ਗਾਂਧੀ ਨੇ ਇੰਨੀ ਗੱਲ ਕਹੀ, ਆਪਣੇ ਜਿਹੜੇ ਕਾਂਗਰਸ ਵਰਗੇ ਕਾਂਗਰਸ ਸੰਬੰਧਿਤ ਸੂਬੇ ਆ ਜੀ,
ਉਹਨਾਂ ਸਰਕਾਰਾਂ ਨੂੰ ਕਿਹਾ ਵੀ ਤੁਸੀਂ ਮਾਡਲ ਬਿੱਲ ਲਿਆਓ, ਜਿਹੜੇ ਆ ਜਿਹੜੇ ਬਿੱਲ ਨੇ ਇਹ ਰੱਦ ਕਰੋ ਮਾਡਲ ਬਿੱਲ ਲਿਆ ਕੇ। ਇਹਨਾਂ ਨੂੰ ਭਾਵੇਂ ਰੱਦ ਕਰਨ ਦੇ ਸਾਡੇ ਮਾਨਯੋਗ ਸਰਦਾਰਾ ਸਿੰਘ ਜੌਹਲ ਤੇ ਵੀਰ ਦਵਿੰਦਰ ਸਿੰਘ ਕਹਿੰਦੇ ਕੋਈ ਫਾਇਦਾ ਨਹੀਂ ਹੋਣਾ, ਲੇਕਿਨ ਸਟੇਟ ਦਾ ਬਿੱਲ ਪਾਸ ਹੋਇਆ ਕੋਈ ਨਾ ਕਿਤੇ ਮਿਹਨਤ ਰੱਖਦਾ ਵਿਧਾਨ ਸਭਾ ਦੇ ਬਿੱਲ ਪਾਸ ਹੋਵੇ। ਹੁਣ ਸੋਨੀਆ ਗਾਂਧੀ ਨੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਹੋਰ ਗੈਰ ਭਾਜਪਾ ਸੂਬੇ ਆ ਉਹਨਾਂ ਸੂਬਿਆਂ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ ਤੇ ਉਹਨਾਂ ਕੋਲੋਂ ਵੀ ਅਸੀਂ ਇਹ ਜਿਹੜਾ ਅਸੀਂ ਇਹ ਮਾਡਲ ਬਿੱਲ ਕਾਨੂੰਨ ਬਿੱਲ ਪਾਵਾਂਗੇ ਵੀ ਤਾਂ ਕਿ ਅਸੀਂ ਆ ਜਿਹੜਾ ਮੁਹਿੰਮ ਸ਼ੁਰੂ ਕੀਤੀ ਆ ਤਿੰਨ ਬਿੱਲਾਂ ਦੇ ਖਿਲਾਫ਼ ਇਹਨੂੰ ਅਸੀਂ ਜੰਗੀ ਪੱਧਰ ਤੇ ਸ਼ੁਰੂ ਕਰ ਸਕੀਏ। ਉਹਨਾਂ ਨੇ ਉਹਨਾਂ ਨੂੰ ਜਿਹੜੀ ਬਿੱਲ ਦੀਆਂ ਜਿਹੜੀ ਬਿਨਾਂ ਬਿੱਲ ਬਣਾਇਆ ਉਹਦੀ ਕਾਪੀ ਭੇਜੀ ਦਿੱਤੀਆਂ ਵਾ ਵੀ ਤੁਸੀਂ ਵੀ ਪਾਸ ਕਰੋ ਜੀ। ਹੁਣ ਕਾਂਗਰਸ ਸਰਕਾਰਾਂ ਵਾਲੇ ਪਾਸ ਕਰ ਦੇਣਗੇ, ਲੇਕਿਨ ਇਹ ਆ ਵੀ ਬਾਕੀ ਸੂਬੇ ਜਿਹੜੇ ਆ ਉਹ ਕਦੋਂ ਪਾਸ ਕਰਦੇ ਆ, ਕਰਦੇ ਜਾਂ ਨਹੀਂ ਕਰਦੇ ਉਹਦੇ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਤੇ ਕਾਂਗਰਸ ਜਿਹੜੀ ਪ੍ਰਧਾਨ ਸੋਨੀਆ ਗਾਂਧੀ ਉਹਨਾਂ ਨੂੰ ਅਪੀਲ ਵੀ ਕੀਤੀ ਤੇ ਦਲੀਲ ਵੀ ਦਿੱਤੀ ਆ ਜੀ ਵੀ ਇਹ ਕਿਸਾਨ ਦੇ ਹਿੱਤ ਚ ਆ, ਦੇਸ਼ ਦੇ ਹਿੱਤ ਦੇ ਵਿੱਚ। ਮੈਂ ਕੱਲ ਵੀ ਗੱਲ ਕੀਤੀ ਛੋਟੀ ਜਿਹੀ, ਤੁਸੀਂ ਪਰਸੋਂ ਗੱਲ ਕੀਤੀ ਸ਼ਾਇਦ ਜੀ, ਉਹਦੇ ਵਿੱਚ ਇਹ ਸੀਗਾ ਪਾਕਿਸਤਾਨ ਦੇ ਇੱਕ ਪ੍ਰੋਗਰਾਮ ਆ ਰਿਹਾ ਸੀ, ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਐਂਕਰ ਲੇਡੀ ਸੀ ਉਹ ਪੁੱਛਣ ਲੱਗੀ ਰਿਸੋਰਸ ਪਰਸਨ ਨੂੰ, ਵੇਖੋ ਜੀ ਕੋਰੋਨਾ ਦੀ ਗੱਲ ਚੱਲ ਰਹੀ ਆ ਤੇ 226 ਜਿਹੜੇ ਅਰਬਪਤੀ ਆ ਉਹ ਦੁਨੀਆਂ ਚ ਮਰ ਗਏ ਕੋਰੋਨਾ ਨਾਲ। ਉਹ ਕਹਿੰਦਾ ਇਹ 2,26,00,000 ਵੀ ਮਰ ਜਾਣ ਤੇ ਦੁਨੀਆਂ ਨੂੰ ਕੋਈ ਫਰਕ ਨੀ ਪੈਣ ਲੱਗਾ। ਅੱਛਾ ਜੀ। ਲੇਕਿਨ ਜੇ ਬਚਾਉਣੇ ਆ ਤੇ ਕਿਸਾਨ ਬਚਾ ਲੋ, ਜੇ ਕਿਸਾਨ ਮਰ ਗਿਆ ਤੇ ਫਿਰ ਤੁਹਾਨੂੰ ਕੋਈ ਰੋਟੀ ਦੋ ਤੇ ਤੁਸੀਂ ਭੁੱਖੇ ਮਰ ਜਾਣਗੇ। ਆ ਹਾਲਾਤ ਨੇ ਤੇ ਹੁਣ ਕਹਿੰਦੇ ਅਕਾਲੀ ਫਿਰ ਸਿੱਖਾਂ ਨੂੰ ਧਰਮ ਸੰਕਟ ਚ ਪਾ ਰਹੇ ਨੇ ਜੀ। ਵੇਖੋ ਜੀ ਅੱਗੇ ਵੀ ਸਾਡੇ ਜਿਹੜੇ ਮੋਰਚੇ ਸੀ ਮੰਗਾਂ ਪੰਜਾਬ ਦੀਆਂ ਸੀ ਤੇ ਇਹਨਾਂ ਮੰਗਾਂ ਸਿੱਖਾਂ ਦੀਆਂ ਬਣਾ ਲਈਆਂ, ਬਿਲਕੁਲ ਬਣਾਈਆਂ, ਜਿਹਦੇ ਕਰਕੇ ਅਸੀਂ ਵੰਡੇ ਗਏ। ਹੁਣ ਫਿਰ ਉਸੇ ਫੈਡਰਲ ਸਿਸਟਮ ਦੀ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿਵੇਂ ਸਿੱਖ ਹੀ ਚਾਹੁੰਦੇ ਬਾਕੀ ਕਿਸੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਹੈਗੀ, ਸਗੋਂ ਤੁਸੀਂ ਬਾਕੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਗੱਲ ਕਰੋ ਵੀ ਫੈਡਰਲ ਸਿਸਟਮ ਬਣਾਇਆ ਜਾਣਾ ਚਾਹੀਦਾ ਜੀ। ਫੈਡਰਲ ਸਿਸਟਮ ਦੀ ਕੱਲ ਰਾਹੁਲ ਗਾਂਧੀ ਨੇ ਵੀ ਕਿਹਾ ਵੀ ਅਸੀਂ ਬਾਕੀ ਸਟੇਟ ਨੂੰ ਵੀ ਕਹਾਂਗੇ ਫੈਡਰਲ ਸਿਸਟਮ ਅਪਣਾਓ ਜੀ। ਇਹਦੇ ਵਿੱਚ ਜਿਹੜੀਆਂ ਫੈਡਰਲ ਸਿਸਟਮ ਦੀ ਇਹਨਾਂ ਗੱਲ ਕੀਤੀ, ਇਹਨਾਂ ਨੇ ਇਹਨੂੰ ਫਿਰ ਸਿੱਖਾਂ ਦਾ ਮੁੱਦਾ ਬਣਾ ਕੇ ਤੇ ਜਿੱਦਾਂ ਪਹਿਲਾਂ ਜੁੱਤੀਆਂ ਪਈਆਂ ਸਿੱਖਾਂ ਨੂੰ ਉੱਦਾਂ ਪਾਉਣ ਦੀ ਇਹਨਾਂ ਚਾਂਸ ਬਣਾਏ ਜਾਂਦੇ ਜੀ। ਤੁਹਾਨੂੰ ਪਤਾ ਵਾ ਜਿਹੜੇ ਗਰਮ ਗਰਮ ਬਿਆਨ ਦਿੱਤੇ ਆ ਆਪਣੇ ਜਥੇਦਾਰ ਨੇ ਉਹ ਕਿਉਂ ਦਿੱਤੇ ਆ? ਜਥੇਦਾਰ ਦੇ ਬਿਆਨ ਦੇਣ ਦਾ ਕਾਰਨ ਸਿਰਫ ਇਹੋ ਸੀ ਵੀ ਤੂੰ ਗਰਮ ਗਰਮ ਬਿਆਨ ਦੇ ਤਾਂ ਕਿ ਲੋਕ ਸਾਡੇ ਨਾਲ ਵੱਧ ਤੋਂ ਵੱਧ ਜੁੜ ਸਕਣ ਜੀ, ਖਾਸ ਕਰਕੇ ਨੌਜਵਾਨ ਜੁੜ ਸਕਣ। ਲੇਕਿਨ ਜਥੇਦਾਰ ਨੂੰ ਇਹ ਕਾਮਯਾਬੀ ਨਹੀਂ ਮਿਲੀ ਉਸ ਗੱਲ ਦੇ ਵਿੱਚ, ਉਹਨੇ ਬੜੇ ਬਿਆਨ ਦਿੱਤੇ ਵੀ ਖਾਲਸਾ ਮੁਰਾਦ ਨੇ ਕਿਹਾ ਕੱਢ ਦਈਏ ਕਿ ਕੋਈ ਗੱਲ ਬਣੀ ਨੀ ਕੋਈ। ਹੁਣ ਇਹਨਾਂ ਨੇ ਗਰਮ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ, ਇਹ ਮੰਦ ਭਾਗਿਆ। ਜੇ ਪੰਜਾਬ ਦੀ ਜਿਹੜੀ ਵੀ ਮੰਗ ਉਹ ਪੰਜਾਬ ਦੀ ਮੰਗ ਸਾਰੀਆਂ ਧਿਰਾਂ ਨੂੰ ਤੁਸੀਂ ਜੇ ਆਪਣੀ ਪੰਜਾਬੀ ਪਾਰਟੀ ਬਣਾ ਲਈ ਪੰਜਾਬੀ ਬਣੀ ਰਹਿਣ ਦੇ ਉਹਨੂੰ ਜੀ ਜੀ। ਜੇ ਤੁਹਾਡੇ ਕੋਨੇ ਮੋਨੇ ਜਿਹੜੇ ਉਹ ਜਥੇਰ ਬਣ ਸਕਦੇ ਆ ਤੇ ਫਿਰ ਤੁਸੀਂ ਉਹਨਾਂ ਨਾਲ ਲੈ ਕੇ ਕੋਈ ਚੱਲਦੇ, ਫਿਰ ਇਹਨੂੰ ਸਿੱਖ ਮੰਗਾਂ ਦਾ ਬਣਾਓ, ਇਹਨੂੰ ਪੰਜਾਬ ਦੀਆਂ ਮੰਗਾਂ ਬਣਾ ਕੇ ਪੇਸ਼ ਕਰੋ। ਜੇ ਤੁਸੀਂ ਸਿੱਖ ਮੰਗਾਂ ਬਣਾ ਕੇ ਭੇਜ ਦਿੱਤਾ ਜੋ ਇੱਥੇ ਸਾਡੇ ਪਿੱਛੇ ਹੋਇਆ ਉਹੀ ਹੋਊਗਾ, ਤੁਸੀਂ ਹਾਲਾਤ ਨੂੰ ਖਰਾਬ ਨਾ ਕਰੋ ਜੀ ਜੀ। ਵਾਕਿਆ ਜੀ ਹਾਲਾਤਾਂ ਦਾ ਤਾਂ ਕੌਣ ਇੱਥੇ ਸੋਚਦਾ, ਆਪਦੀ ਆਪਦਾ ਪਿਆ ਸਾਰਾ ਕੁਛ। ਹਾਂਜੀ ਕਹਿੰਦੇ ਹੁਣ ਬਲਵੀਰ ਸਿੰਘ ਸਿੱਧੂ ਕੋਰੋਨਾ ਪੋਜ਼ਿਟਿਵ ਆ ਗਏ ਨੇ, ਤੁਹਾਨੂੰ ਪਤਾ ਹੋਏਗੀ ਵੀ ਅੱਗੇ ਵੀ ਕੁਆਰੰਟਾਈਨ ਹੋਏ ਸੀ ਕੈਪਟਨ ਸਾਹਿਬ, ਜਦੋਂ ਕੁਲਬੀਰ ਸਿੰਘ ਜੀਰਾ ਜਿਹੜਾ ਸੀ ਪੋਜ਼ਿਟਿਵ ਆਇਆ ਸੀ ਤੇ ਉਹ ਮਿਲ ਕੇ ਆਇਆ ਸੀ ਇਹਨਾਂ ਦੇ, ਇਹ ਥੋੜੇ ਦਿਨ ਆਪਣੇ ਰਹੇ ਸੀ ਇਕਾਂਤਵਾਸ ਦੇ ਵਿੱਚ ਜੀ। ਹੁਣ ਬਲਬੀਰ ਸਿੰਘ ਸਿੱਧੂ ਨੇ ਚੈੱਕ ਕਰਾਇਆ ਤੇ ਉਹ ਕੋਰੋਨਾ ਪੋਜ਼ਿਟਿਵ ਆਇਆ ਤੇ ਕੋਰੋਨਾ ਪੋਜ਼ਿਟਿਵ ਆਉਣ ਦੇ ਨਾਲ ਕੱਲ ਉਹ ਨਾਲ ਰਹੇ ਸੀ ਪਰਸੋਂ ਨਾਲ ਰਹੇ, ਕੈਪਟਨ ਸਾਹਿਬ ਦੇ ਨਾਲ ਰਹੇ ਤੇ ਰਾਹੁਲ ਸਾਹਿਬ ਦੇ ਨਾਲ ਰਹੇ ਤੇ ਹੋਰ ਕਿਹੜੇ ਕਿਹੜਾ ਨਾਲ ਰਹੇ ਨਹੀਂ ਪਤਾ ਹੁਣ। ਹੁਣ ਇਹਨਾਂ ਲੋਕਾਂ ਨੂੰ ਵੀ ਜੇ ਡਾਕਟਰਾਂ ਨੇ ਕੱਲ ਚੈੱਕ ਕੀਤਾ ਤਾਂ ਹੋ ਸਕਦਾ ਇਹਨਾਂ ਨੂੰ ਕੁਆਰੰਟਾਈਨ ਹੋਣਾ ਪਵੇ। ਅੱਛਾ ਜੀ। ਹੁਣ ਕਿੰਨਾ ਚਿਰ ਕੁਆਰੰਟਾਈਨ ਕਰਦੇ ਆ ਕੀ ਕਰਦੇ ਤੇ ਪਤਾ ਕੋਈ ਨੀ, ਪਹਿਲਾਂ ਚੈੱਕ ਕਰੋਗੇ ਆਪਣੇ ਵੀ ਰਿਪੋਰਟ ਕੀ ਆਉਂਦੀ ਹੈ, ਫਿਰ ਵੀ ਮੇਰਾ ਖਿਆਲ 2-4 ਦਿਨ ਰੈਸਟ ਮਾਰਨ ਵਾਸਤੇ ਕੈਪਟਨ ਸਾਹਿਬ ਆਪ ਹੀ ਕਹਿ ਦਿੰਦੇ ਮੈਂ ਕੁਆਰੰਟਾਈਨ ਹੋ ਗਿਆ। ਉਹ ਥੱਕ ਗਏ ਨਾ ਦੋ ਇੰਨਾ ਤੱਕ ਥੱਕ ਜਾਂਦੇ ਨੇ, ਉਹਨਾਂ ਨੂੰ ਸਾਹ ਚੜਦਾ, ਉਹਨੇ ਵਸਦਾ ਰੋਗ ਨੀ ਹੈਗਾ, ਉਹਨਾਂ ਨੂੰ ਚਾਹੀਦਾ ਆਪ ਹੀ ਛੱਡ ਦੇਣਾ ਚਾਹੀਦਾ ਭਾਈ ਤੁਹਾਡੇ ਵਸਦਾ ਰੋਗ ਨੀ ਹੈਗਾ।
ਤੁਸੀਂ ਆਪਣੀ ਪਤਨੀ ਦੇ ਦਿਓ, ਆਪਣੇ ਮੁੰਡੇ ਨੂੰ ਦੇ ਦਿਓ, ਤੁਹਾਨੂੰ ਕੀ ਮਨਾ ਕੀਤਾ? ਜਦੋਂ ਸਰਦਾਰੀ ਤੁਹਾਡੀ ਹੈਗੀ, ਸਭ ਕੁਝ ਜਿੱਤੇਗਾ, ਜੋ ਮਰਜ਼ੀ ਕਰੋ ਤੁਸੀਂ। ਬਾਦਲ ਵਾਂਗੂ ਬਣਾਉਣਾ ਹੀ ਆ, ਬਣਾ ਦਿਓ, ਬਣਾਉਣੇ ਆ। ਉਹ ਦੂਜੇ ਪਾਸੇ ਜਦੋਂ ਪੁੱਛਿਆ ਗਿਆ ਇਹਨਾਂ ਨੂੰ, ਵੇਖੋ ਜੀ, ਰਾਹੁਲ ਨੂੰ ਪੁੱਛਿਆ ਗਿਆ ਵੀ ਰਾਹੁਲ ਜੀ ਤੁਸੀਂ ਜਿਹੜੀ ਕੁਸ਼ਨ ਲਾਈ ਸੀ ਆਪਣੇ ਟਰੈਕਟਰ ਦੀ ਸੀਟ ਦੇ ਉੱਤੇ, ਉਹ ਕਹਿੰਦਾ ਯਾਰ ਸਾਡੀ ਤੇ ਕੁਸ਼ਨ ਲਾਤੀ, ਕੁਸ਼ਨ ਲਾਤੀ ਸੀ, ਬਹਿ ਗਏ। ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਘੁੰਮਣ ਵਾਸਤੇ 8,000 ਕਰੋੜ ਦੇ ਜੋ ਸਪੈਸ਼ਲ ਹਵਾਈ ਜਹਾਜ਼ ਖਰੀਦੇ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਕੋਲ, ਉਧਰ ਕੋਲ ਤੁਸੀਂ ਗੱਲ ਕਰਦੇ, ਸਾਡੇ ਕੁਸ਼ਨ ਨੂੰ ਤੁਸੀਂ ਪਈ ਜਾਂਦੇ ਹੋ, ਸਾਡੇ ਕੁਸ਼ਨ ਦੀ ਗੱਲ ਕਰੀ ਜਾਂਦੇ, ਫਿਰ ਕਿਉਂ ਲਾ ਲਈ? ਉਹਦੇ ਵਿੱਚ 2 ਟਰੈਕਟਰ ਤਿਆਰ ਕੀਤੇ ਸੀ ਇਹਨਾਂ ਜੀ, ਇੱਕ 80 ਮਾਡਲ ਜਿਹੜਾ ਸੀ ਉਹ ਪੀਲੇ ਰੰਗ ਦਾ ਤੇ ਇੱਕ ਲਾਲ ਰੰਗ ਦਾ। ਮੇਰੇ ਕਸ਼ਮ ਢਿੱਲੋ ਸਾਹਿਬ ਨੇ ਗੱਲ ਕੀਤੀ ਵਜ਼ੀਰੇ ਦੇ ਬਾਰੇ ਚ, ਪੀਲੇ ਰੰਗ ਦਾ ਲਾ ਰੰਗ ਦਾ, ਤੇ ਜਦੋਂ ਰਾਹੁਲ ਨੂੰ ਪੁੱਛਿਆ ਵੀ ਕਿਹੜੇ ਟਰੈਕਟਰ ਤੇ ਬੈਠੇ ਹੋ, ਕਿਉਂਕਿ ਪੀਲੇ ਰੰਗ ਦੇ ਉੱਤੇ, ਉਧਰ ਪਰਸੋਂ ਪੀਲੇ ਰੰਗ ਦੇ ਬੀਤੇ, ਕੱਲ ਅੱਜ ਲਾਲ ਰੰਗ ਦੇ ਗਏ ਨੇ, ਲਾਲ ਰੰਗ ਦੇ ਜਿਹੜੇ ਸੀ ਉਹ ਬੜਾ ਸੰਭਾਲ ਕੇ ਰੱਖਿਆ ਹੈਗਾ। 1980 ਮਾਡਲ ਦਾ ਟਰੈਕਟਰ ਬੜੀ ਵੱਡੀ ਗੱਲ ਹੈ। ਚਲੋ ਜੀ, ਬੜੀਆਂ ਨੇ ਹੁਣ ਤਾਂ ਬੜੇ, ਕੀ ਕਹਿੰਦੇ, ਕੱਢ ਕੇ ਲੈ ਆਉਂਦੇ ਪੁਰਾਣੇ ਪੁਰਾਣੇ ਟਰੈਕਟਰ ਮੁੰਡੇ ਲੱਭਣ ਵਾਲੇ ਪੇਜਾਂ ਦੇ ਉੱਤੇ, ਸੋਹਣਾ ਕੰਮ ਕਰ ਰਿਹਾ, ਬੜਾ ਦਿਖਾਉਂਦੇ ਨੇ। ਜੀ ਜੀ ਜੀ, ਤੋਂ ਇਹ ਗੱਲਾਂ ਨੇ। ਬਾਕੀ ਤਾਂ ਤੁਸੀਂ ਵੀ ਸਿਆਣੇ ਹੋ ਪੱਟੀ ਸਾਹਿਬ, ਹੈਂ? ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਹਰਿਆਣੇ ਪਹੁੰਚ ਗਏ ਨੇ ਰਾਹੁਲ ਗਾਂਧੀ, ਬੜਾ ਮੁਸ਼ਕਿਲ ਨਾਲ, ਬੜੇ ਜੀ, ਬੜਾ ਬਹੁਤ ਕੁਝ ਹੋਇਆ। ਨਹੀਂ, ਉਹਦਾ ਕਾਰਨ ਸੀਗਾ ਜੀ, ਵੈਸੇ ਤੇ ਰਾਹੁਲ ਗਾਂਧੀ ਪਹਿਲੇ ਵੀ ਜਾਣ ਲਈ ਤਿਆਰ ਸੀਗੇ, ਲੇਕਿਨ ਕੱਲ ਜਿਹੜਾ ਉੱਥੇ ਇੱਕ ਬੜਬੋਲਾ ਜਿਹਾ ਮਨਿਸਟਰ ਹੈਗਾ ਵਾ ਅਨਿਲ ਵਿਜ, ਉਹਨੇ ਇੱਕ ਬਿਆਨ ਦੇ ਦਿੱਤਾ ਵੀ ਜੇ ਰਾਹੁਲ ਕੱਲਾ ਆਏਗਾ ਤੇ ਵੜ ਦਿਆਂਗਾ, ਨਹੀਂ ਬਾਕੀ ਹੋਇਆ ਤੇ ਵੜ ਨਹੀਂ ਦਿਆਂਗੇ। ਅੱਛਾ ਜੀ। ਉਹਨੇ ਕਿਹਾ ਚੰਗਾ ਵੀ ਜੇ ਤੂੰ ਇਹ ਗੱਲ ਕਹਿੰਦਾ ਤੇ ਆਪਾਂ ਤੇਰੀ ਖਾਹਿਸ਼ ਪੂਰੀ ਕਰ ਦਿੰਦੇ ਆ। ਉੱਥੇ ਫਿਰ ਜਿਹੜੇ ਕਾਂਗਰਸੀ ਵਰਕਰ ਸੀ ਉਹਨਾਂ ਨੇ ਜਿਹੜੇ ਕਾਫੀ ਜੱਦੋਜਹਿਦ ਵੀ ਕੀਤੀ, ਜਿਹੜੇ ਬੈਰੀਅਰ ਲਾਏ ਸੀ, ਉਹ ਤੋੜੇ ਤਾੜੇ ਵੀ, ਪੁੱਟੇ ਪਾਟੇ ਵੀ, ਤੇ ਲਾਠੀਚਾਰਜ ਵੀ ਮਾੜਾ ਮੋਟਾ ਹੋਇਆ। ਜੀ। ਲੇਕਿਨ ਉਹ ਕਹਿੰਦੇ ਸੀ ਅਸੀਂ ਟਰੈਕਟਰ ਨਹੀਂ ਜਾਣ ਦਿੰਦਾ, ਟਰੈਕਟਰ ਤੇ ਬਹਿ ਕੇ ਨੀ ਲੰਘਣ ਨਾਲ ਅਸੀਂ ਮਰਜ਼ੀ ਹੋ ਜੇ। ਰਾਹੁਲ ਕਹਿੰਦਾ ਮੈਂ ਟਰੈਕਟਰ ਤੇ ਬਹਿ ਕੇ ਲੰਘਣਾ। ਉਹਦੇ ਵਿੱਚ ਉਹਨਾਂ ਦੇ ਸਾਰਥੀ ਤੇ ਫਿਰ ਉਹੀ ਪੁਰਾਣੇ ਨੇ ਆਪਣੇ ਜਾਖੜ ਸਾਹਿਬ, ਇੱਕ ਪਾਸੇ ਰਾਹੁਲ ਸਾਹਿਬ ਬੈਠੇ, ਦੂਜੇ ਪਾਸੇ ਜਿਹੜੇ ਬੈਠੇ ਨੇ ਰਾਵਤ ਸਾਹਿਬ ਬੈਠੇ ਸੀਗੇ। ਇਹ ਮੁੜ ਕੇ ਫਿਰ ਬੜੀ ਜੱਦੋਜਹਿਦ ਤੋਂ ਬਾਅਦ ਉਹ ਟਰੈਕਟਰ ਦੇ ਉੱਤੇ ਉਹਨਾਂ ਕ੍ਰੋਸ ਕੀਤਾ, ਫਿਰ ਜਿਹੜਾ ਬਾਰਡਰ ਕੀਤਾ ਵਾ ਅੱਗੇ, ਉਸ ਦੇ ਗੱਡੀਆਂ ਤੇ ਗਿਆ, ਉਹਨਾਂ ਨੇ ਭੇਵੋ ਤੋਂ ਭੇਵੋ ਭੇਵੋ ਤੇ ਜਾਣਾ, ਭੇਵੇ ਜਾਣਾ ਸੀ, ਭੇਵੇ ਤੇ ਮੁੜ ਕੇ ਉਹਨਾਂ ਦੀ ਆਪਣੀ ਪਿੱਪਲੀ ਪਿੱਪਲੀ ਸਭ ਤੱਕ ਬਦਲਤਾ ਸੀ ਇਹਨਾਂ ਨੇ ਜੀ। ਅੱਛਾ ਜੀ। ਪਿੱਪਲੀ ਤੱਕ ਇਹਨਾਂ ਦਾ ਮਾਰਚ ਵੀ ਇਹਨਾਂ 2 ਦਿਨ ਦਾ ਸੀ, ਹੁਣ 1 ਦਿਨ ਤੱਕ ਕਰ ਦਿੱਤਾ ਸੀ ਇਹਨਾਂ ਨੇ। ਅੱਜ ਇਹਨਾਂ ਆਪਣਾ ਉਹ ਮਾਰਚ ਕਰਕੇ, ਟਰੈਕਟਰ ਮਾਰਚ ਕਰਕੇ ਮੁੜ ਕੇ ਸ਼ਾਮੀ ਜਿਹੜਾ ਦਿੱਲੀ ਪਹੁੰਚ ਜਾਣਾ ਸੀਗਾ। ਜੀ। ਲੇਕਿਨ ਕਹਿੰਦੇ ਵੀ ਜਿਹੜਾ ਜੋ ਕੁਛ ਹੋਇਆ ਟਰੈਕਟਰ ਟਰੈਕਟਰ ਜਿਸ ਤਰੀਕੇ ਨਾਲ ਆਪਣੇ ਸਿਆਸਤਦਾਨ ਹੋਏ ਆ, ਪਹਿਲਾਂ ਬਾਦਲਾਂ ਨੇ ਟਰੈਕਟਰ ਲਿਆਂਦੇ, ਟਰੈਕਟਰ ਕਰਾਂਗੇ ਟਰੈਕਟਰ ਕਰਾਂਗੇ, ਟਰੈਕਟਰ ਤਾਂ ਵਿਖਾਈ ਨਹੀਂ ਦਿੱਤੇ, ਸਿਰਫ ਅਸੀਂ ਆਡੀ ਗੱਡੀਆਂ ਤੇ BMW ਤੇ ਵੱਡੀਆਂ ਵੱਡੀਆਂ ਵੀ ਮਹਿੰਗੀਆਂ ਗੱਡੀਆਂ ਜਿਹੜੇ ਵੇਖੀਆਂ ਗਈਆਂ। ਕਈ ਤੁਹਾਡੇ ਵਰਗੇ ਜਿਹੜੇ ਕਾਢੂ ਪੱਤਰਕਾਰ ਸੀ, ਉਹਨਾਂ ਨੇ ਰੇਤਾ ਢੋਣ ਵਾਲੇ ਟਿੱਪਰਾਂ ਦੀਆਂ ਵੀ ਫੋਟੋਆਂ ਖਿੱਚ ਕੇ ਪਾਤੀਆਂ। ਬਿਲਕੁਲ 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 ਬਿਲਕੁਲ। ਇਸ ਕਰਕੇ ਜਿਹੜਾ ਉਹ ਤੇ ਹੈਗਾ ਹੀ ਸੀਗਾ ਸੀਗਾ, ਲੇਕਿਨ ਇਹਦੇ ਵਿੱਚ 2 ਬੰਦੇ ਜ਼ਖਮੀ ਹੋਏ ਨੇ ਇਸ ਟਰੈਕਟਰ ਦੇ ਵਿੱਚ। ਅੱਛਾ ਜੀ। ਇੱਕ ਤੇ ਸਿੱਧੂ ਸਾਹਿਬ ਜ਼ਖਮੀ ਹੋਏ ਨੇ ਸਿਆਸੀ ਤੌਰ ਤੇ, ਇੱਕ ਰਾਵਤ ਸਾਹਿਬ ਹੋਏ ਨੇ। ਅੱਜ ਤੇ ਰਾਵਤ ਸਾਹਿਬ ਨੂੰ ਟਾਈਮ ਦਿੱਤਾ ਤੇ ਕੱਲ ਰਾਵਤ ਸਾਹਿਬ ਨੂੰ ਟਾਈਮ ਦਿੱਤਾ ਜੀ, ਪਰਸੋਂ ਦਿੱਤਾ ਸੀ, ਕੱਲ ਦਿੱਤਾ ਹੀ ਨੀ। ਅੱਛਾ। ਜਿਹਦੇ ਕਰਕੇ ਇਸ ਟਰੈਕਟਰ ਰੈਲੀ ਦੇ ਵਿੱਚ 2 ਬੰਦੇ ਜ਼ਖਮੀ ਹੋਏ ਆ, ਲੇਕਿਨ ਫੇਰ ਵੀ ਉਹਨੇ ਕਹਿਤਾ ਰਾਵਤ ਨੇ ਵੀ ਜਿਹੜੀ ਸਲਿਪ ਭੇਜੀ ਸੀ ਉਹਨੂੰ ਸਿੱਧੂ ਨੂੰ, ਉਹ ਸੁੱਖੀ ਦੇ ਭਾਵੇਂ ਨਹੀਂ ਭੇਜੀ, ਉਹ ਮੈਂ ਭੇਜੀ ਸੀ। ਮੈਂ ਉਹਨੂੰ ਕਿਹਾ ਸੀ ਵੀ ਤੁਸੀਂ 2 ਮਿੰਟ ਲੈ ਲਓ ਜਲਦੀ, ਆਪਾਂ ਨਬੇੜੀਏ ਕੰਮ, ਨਬੇੜੀਏ ਕਹਾਂ ਜਾਣਾ। ਲੇਕਿਨ ਉਹਨਾਂ ਕਿਹਾ ਵੀ ਸਿੱਧੂ ਸਾਡਾ, ਸਿੱਧੂ ਸਾਡਾ ਭਵਿੱਖ ਤੇ ਕੈਪਟਨ ਸਾਡਾ ਵਰਤਮਾਨ। ਉਹਨਾਂ ਫਿਰ ਗੱਲ ਦੁਹਰਾਤੀ ਹੈ, ਜੇ ਉਹਨਾਂ ਗੱਲ ਦੁਹਰਾਈ ਆ ਤੇ ਕਿਤੇ ਨੇ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈਗੀ ਆ, ਤੇ ਕੈਪਟਨ ਸਾਹਿਬ ਛੱਡਣ ਲਈ ਤਿਆਰ ਨੀ ਗਏ, ਉਹ ਕਹਿੰਦੇ ਸਿੱਧੂ ਨੂੰ ਲੱਗਣ ਵਾਲੇ ਜੋ ਮਰਜ਼ੀ ਹੋ ਜੇ, ਤੇ ਰਾਵਤ ਸਾਹਿਬ ਕਹਿੰਦੇ ਵੀ ਨਹੀਂ ਸਿੱਧੂ ਨੂੰ ਲੈ ਕੇ ਆਉਣਾ, ਤੇ ਉਹਨਾਂ ਨੇ ਕਿਹਾ ਸੀਗਾ ਭਾਈ ਮੈਂ ਵੇਖੋ ਅੱਜ ਸਿੱਧੂ ਨੂੰ ਲੈ ਕੇ ਆ ਤੇ ਕੱਲ ਨੂੰ ਮੈਂ ਦੂਜੋ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਆਊਂਗਾ। ਜੀ। ਅੱਜ ਪ੍ਰਤਾਪ ਸਿੰਘ ਬਾਜਵਾ ਸਟੇਜ ਤੇ ਗਏ ਨੇ, ਗਏ ਬੋਲੇ ਆ, ਹਾਂਜੀ ਜਾ ਕੇ ਬੋਲੇ ਨੇ, ਬੜਾ ਸੋਹਣਾ ਬੋਲੇ ਨੇ ਬਾਜਵਾ ਸਾਹਿਬ ਉੱਥੇ ਜਾ ਕੇ। ਇਸੇ ਕਰਕੇ ਰਾਵਤ ਇੱਕ ਹੱਲਿਆ ਵਰਤਿਆ ਬੰਦਾ, ਪੋਲੀਟੀਸ਼ੀਅਨ ਨਾ, ਮਨਿਸਟਰ ਵੀ ਰਿਹਾ, ਕੇਂਦਰ ਮਨਿਸਟਰ ਵੀ ਰਿਹਾ, MLA ਵੀ ਰਿਹਾ, MP ਵੀ ਰਿਹਾ, ਫਿਰ ਮੁੱਖ ਮੰਤਰੀ ਵੀ ਰਿਹਾ, ਕਿਹੜਾ ਕੰਮ ਕੀਤਾ ਉਹਨੇ? ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਵਾ ਰਾਵਤ ਦੇ ਜਿਹੜੇ ਸਿੱਧੂ ਆ, 2 ਬੰਦੇ ਇਹ ਸਿਆਸੀ ਜਿਹੜੀ ਟਰੈਕਟਰ ਰੈਲੀ ਸੀ ਉਹ ਚ ਦੇਖੋ ਜਰੂਰ ਹੋਏ ਨੇ। ਚਲੋ ਗੇਰ ਵੀ ਕਈ ਵਾਰੀ ਚਲੋ ਹੋ ਜਾਂਦਾ, ਜਰੂਰ ਆ ਜਾਂਦੀ ਹੈ ਜੀ।
ਪੂਨੀ ਸਾਹਿਬ ਸਤਿ ਸ੍ਰੀ ਅਕਾਲ ਜੀ ਆਉਂਦੇ ਰਹੋ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਅੱਗੇ ਵੀ ਇੱਕ ਦਿਨ ਜਿੱਦਣ ਢਿੱਲੋਂ ਸਾਹਿਬ ਦਾ ਪ੍ਰੋਗਰਾਮ ਸੀ ਤੇ ਉਹ ਮੈਂ ਇੱਕ ਸਵਾਲ ਕੀਤਾ ਸੀ ਲੇਕਿਨ ਉਹਨੂੰ ਮੈਂ ਬਾਅਦ ਵਿੱਚ ਸੁਣ ਨਹੀਂ ਸੀ ਸਕਿਆ। ਮੇਰਾ ਸਵਾਲ ਭੱਟੀ ਸਾਹਿਬ ਲਈ ਵੀ ਇਹ ਆ, ਉਹ ਹੈਗਾ ਆ ਉਹ ਜਿਹੜੇ ਗੱਦਾਰ ਲੋਕ ਹੈਗੇ ਆ ਜਿਹੜੇ ਕਿਸਾਨ ਜਿਹੜੀਆਂ ਇਹਨਾਂ ਦੀਆਂ ਯੂਨੀਅਨ ਹੈਗੀਆਂ ਉਹਨਾਂ ਦੇ ਵਿੱਚ ਬੜੇ ਹੋਏ ਆ ਜਿਹੜੇ ਜਿੱਦਾਂ ਬਾਦਲਾਂ ਦੇ ਚਮਚੇ ਹੋ ਗਏ ਜਾਂ ਕਾਂਗਰਸ ਦੇ ਚਮਚੇ ਹੋਣ, ਲੋਕੀ ਉਹਨਾਂ ਨੂੰ ਕਿਉਂ ਨੀ ਪਹਿਚਾਣਦੇ ਜਿਹੜੇ ਜਿਹੜੀਆਂ ਯੂਨੀਅਨ ਆ? ਚਲੋ ਇੱਕ ਬੰਦਾ ਲੱਖੋਵਾਲ ਲਾ ਲਓ, ਬਾਕੀ ਉਹਨਾਂ ਨੂੰ ਬਾਹਰ ਕੱਢ ਕੇ ਕਿਉਂ ਨੀ ਸੁੱਟਿਆ ਜਾਂਦਾ ਜੀ? ਮੇਰਾ ਇਹ ਸੀਗਾ। ਕੱਲ ਮੈਨੂੰ ਚਲੋ ਸ਼ਾਇਦ ਕੱਲੇ ਲੱਖੋਵਾਲ ਸਾਹਿਬ ਦਾ ਪਤਾ, ਜੇ ਹੋਰ ਵੀ ਜਿਹੜੇ ਇੱਦਾਂ ਦੇ ਲੋਕ ਹੈਗੇ ਆ ਉਹਨਾਂ ਨੂੰ ਕਿਉਂ ਅੱਜ ਤਾਈਂ ਇਹ ਚੱਲੇ ਆਉਂਦੇ ਆ, ਇਹ ਗੱਡੀਆਂ ਝੂਟਦੇ ਆ ਕਾਂਗਰਸ ਦੀਆਂ ਜਾਂ ਅਕਾਲੀਆਂ ਦੀਆਂ, ਲੇਕਿਨ ਨੁਕਸਾਨ ਇਹ ਜ਼ਿਮੀਦਾਰਾਂ ਦਾ ਕਰਦੇ ਆ? ਇਹ ਮੇਰੀ ਭੱਟੀ ਸਾਹਿਬ ਅੱਗੇ ਜਿਹੜੀ ਤੁਹਾਡੀ ਕੁਐਸਚਨ ਠੀਕ ਆ ਜੀ। ਜਦੋਂ ਆਪਾਂ ਬਾਹਰ ਬਹਿ ਕੇ ਵੇਖਦੇ ਆ ਨਾ ਕਿਸੇ ਮੂਵਮੈਂਟ ਨੂੰ, ਉਹ ਅਸੀਂ ਆਪਣੇ ਨਜ਼ਦੀਕ ਵੇਖਦੇ ਵੀ ਇੱਥੇ ਇੰਜ ਨੀ ਇੰਜ ਹੋਣਾ ਚਾਹੀਦਾ। ਬਿਲਕੁਲ, ਜਦੋਂ ਅੰਦਰ ਮੂਵਮੈਂਟ ਚੱਲਣ ਵਾਲੇ ਹੁੰਦੇ ਉਹਨਾਂ ਵੇਖਣ ਹੁੰਦਾ ਵੀ ਅਸੀਂ ਕਿਵੇਂ ਕਰਨਾ। ਐਸ ਮੂਵਮੈਂਟ ਜਿਹੜੀ ਭਰਤੀ ਆ ਤੁਸੀਂ ਇੱਕਦਮ ਕਿਸੇ ਨੂੰ ਨਹੀਂ ਕਹਿ ਸਕਦੇ, ਤੁਸੀਂ ਸਿੱਟਿਆ ਜਾ ਸਕਦਾ, ਉਹਨੂੰ ਇਗਨੋਰ ਕਰ ਸਕਦੇ ਉਹਦੀ ਗੱਲ ਨੂੰ ਵੀ ਇਹ ਬੰਦੇ ਤੇ ਆ ਦੋਸ਼ ਲੱਗਦਾ, ਤੂੰ ਇਗਨੋਰ ਕਰੋ ਥੋੜਾ ਜਿਹਾ, ਲੇਕਿਨ ਇਹ ਨੀ ਕਹਿ ਸਕਦੇ ਛੱਡ ਕੇ ਚੱਲ ਜਾ ਤੂੰ। ਜੇ ਛੱਡ ਕੇ ਚਲੇ ਗਿਆ ਤਾਂ ਤੁਸੀਂ ਆਪਣੇ ਪੈਰ ਤੇ ਆਪ ਘੋੜਾ ਮਾਰ ਰਹੇ ਹੋ ਭਾਈ, ਤੁਸੀਂ ਆਪਣੇ ਬੰਦੇ ਆਪ ਕੱਢੀ ਜਾਂਦੇ ਨਾ, ਮੋਰਚਾ ਕੀ ਕਰਨਾ, ਫਤਿਹ ਕਰਨਾ ਇਹਨਾਂ ਨੇ? ਅੱਜ ਦੀ ਡੇਟ ਦੇ ਵਿੱਚ ਵੀਰ ਜੀ ਇਹ ਜਿਹੜਾ ਮੋਰਚਾ ਵਾ, ਇਹ ਜਿਹੜੀ ਮੂਵਮੈਂਟ ਆ ਉਹ 22 ਸਟੇਟਾਂ ਚ ਪੁੱਜ ਚੁੱਕੀ ਆ ਜੀ। 22 ਸਟੇਟਾਂ ਦੇ ਪੁੱਜਣ ਤੋਂ ਬਾਅਦ ਇਸ ਵੇਲੇ ਪੂਰੀ ਤਰ੍ਹਾਂ ਸੈਂਟਰ ਗੌਰਮੈਂਟ ਘਬਰਾਈ ਹੋਈ ਪਈ ਆ ਵੀ ਕਿਸੇ ਤਰੀਕੇ ਨਾਲ ਨਿਬੜੇ ਉਹਨੂੰ। ਕਿਸਾਨ ਅੜੇ ਨੇ ਵੀ ਤੁਸੀਂ ਇਹ ਕਾਨੂੰਨ ਵਾਪਸ ਲਓ ਤੇ ਸਰਦਾਰ ਸਿੰਘ ਜੌਹਰ ਵਰਗੇ ਜਿਹੜੇ ਏਸੀ ਕਮਰੇ ਚ ਬਹਿ ਕੇ ਸਕੀਮਾਂ ਬਣਾਉਂਦੇ ਆ ਜੀ, ਉਹਨਾਂ ਕੋਲ ਬਿਆਨ ਵੀ ਆ ਰਹੇ ਨੇ। ਹਾਲੀ ਕੇ ਸਰਦਾਰਾ ਸਿੰਘ ਜੌਹਲ ਨੇ ਭਾਵੇ ਇਹ ਬਿਆਨ ਜਰੂਰ ਦਿੱਤਾ ਵੀ ਇਹ ਜਿਹੜੇ ਕਾਨੂੰਨ ਆ ਬਿੱਲ ਮਾੜੇ ਨੀ, ਲੇਕਿਨ ਨਾਲ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ, ਉਹਨੇ ਕਿਹਾ ਵੇਖੋ ਇਹਨਾਂ ਬਿੱਲਾਂ ਦੇ ਉੱਤੇ ਜਿਹੜੀ ਆ ਉਹ ਬਹਿਸ ਹੋਣੀ ਚਾਹੀਦੀ ਸੀ, ਬਹਿਸ ਵੀ ਕਰਨੀ ਚਾਹੀਦੀ ਸੀ, ਭਾਵੇਂ ਦੋ ਸੈਸ਼ਨ ਲੱਗ ਜਾਂਦੇ। ਇਹ ਕਾਹਲੀ ਕੀਤੀ ਇਹਨਾਂ ਨੇ, ਕਾਹਲੀ ਦੇ ਵਿੱਚ ਬਿੱਲ ਲਾਗੂ ਕੀਤੇ ਜਿਹਦੇ ਕਰਕੇ ਕਈ ਤੁੱਟੀਆਂ ਰਹਿ ਗਈਆਂ ਇਹਦੇ ਵਿੱਚ। ਇਸ ਕਰਕੇ ਵੀਰ ਜੀ ਜਦੋਂ ਆਪਾਂ ਬਾਹਰ ਬੈਠੇ ਨਾ ਉਦੋਂ ਆਪਾਂ ਆਪਣੀ ਨਜ਼ਰੀ ਨੇ ਵੇਹਦੇ ਹਾਂ, ਜਦੋਂ ਅੰਦਰ ਮੂਵਮੈਂਟ ਦੇ ਵਿੱਚ ਤੁਸੀਂ ਬੈਠੇ ਹੋ ਨਾ ਉਦੋਂ ਉਸ ਨਜ਼ਰੀ ਵੇਖਣਾ ਪੈਂਦਾ, ਕਿਉਂਕਿ ਅਸੀਂ ਜਥੇਬੰਦੀ ਚਲਾਉਂਦੇ ਹਾਂ, ਸਾਨੂੰ ਪਤਾ ਇਸ ਗੱਲ ਦਾ। ਕਈ ਵਾਰੀ ਅੱਖੀ ਵੇਖ ਕੇ ਮੱਖੀ ਵਿਖਾਣੀ ਪੈਂਦੀ ਹੈ ਵੀ ਨਹੀਂ ਭਈਆ ਆਹ ਕੰਮ ਕੀਤਾ ਤੇ ਗਲਤ ਹੋਊਗਾ। ਇਸ ਕਰਕੇ ਲੱਖੋਵਾਲ ਦੀ ਗੱਲ ਤੁਹਾਨੂੰ ਦੱਸ ਦਿੱਤੀ, ਅੰਦਰ ਦੀਆਂ ਗੱਲਾਂ ਸਾਹਮਣੇ ਨੀ ਕੋਈ ਲੱਖੋਵਾਲ ਉੱਥੇ ਕੀ ਕਿਹਾ ਕਿਹਨੇ ਦੇ ਜਾਂ ਬੰਦਾ ਉੱਥੇ ਸ਼ਾਮਲ ਸੀ, ਅੱਜ ਕੋਈ ਲੀਡਰ ਨੇ ਦੱਸੀ ਗੱਲ ਤੇ ਆ ਗੱਲ ਹੋਈ ਹੈ ਜੀ ਜੀ। ਇਸ ਕਰਕੇ ਉਹਨਾਂ ਨੂੰ ਇੱਕਦਮ ਤੁਸੀਂ ਨੀ ਛਾਂਟ ਸਕਦੇ, ਉਹਨੂੰ ਜਦੋਂ ਇਗਨੋਰ ਕਰੂਗਾ ਆਪੇ ਚੱਲ ਜੂਗਾ। ਬਿਲਕੁਲ ਜੀ, ਬੜਾ ਇਹਦੇ ਚ ਔਖਾ ਹੁੰਦਾ, ਤੁਸੀਂ ਵੀ ਸਿਆਣੇ ਹੋ ਬੜੇ ਬੰਦੇ। ਇੱਕ ਗੱਲ ਵੀਰ ਨੇ ਸਵਾਲ ਪੁੱਛਿਆ ਸੀ, ਉਹਦਾ ਸਵਾਲ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਕਿ ਫਿਰ ਦੇ ਦਿੰਦੇ ਹਾਂ। ਉਹਨਾਂ ਨੇ ਸਵਾਲ ਬੜਾ ਸਵਾਲ ਪੁੱਛਿਆ ਸੀ ਜਿਹੜਾ ਤੁਸੀਂ ਕਹਿੰਦੇ, ਕੱਲ ਤੁਹਾਨੂੰ ਸੋਚ ਕੇ ਦੱਸਾਂਗੇ ਬਾਰੇ ਚ। ਉਹਨੇ ਕਿਹਾ ਸੀ GI ਟੈਗ ਕੀ ਹੁੰਦਾ? GI ਦਾ ਤਾਂ ਜੀ ਵੀ ਉਹ ਪੰਜਾਬ ਵਾਲੇ ਕਿਉਂ ਇਤਰਾਜ਼ ਕਰਦੇ, ਸਵਾਲ ਇਹ ਸੀ। ਸਵਾਲ ਇਹ ਸੀ ਜੀਓਗ੍ਰਾਫੀਕਲੀ ਜਿਹੜੀ ਇੰਡੀਕੇਸ਼ਨ ਆ ਨਾ ਉਹਦੇ, ਉਹ ਹੁੰਦਾ ਇਹਦੇ ਵਿੱਚ ਕੀ ਆ ਵੀ ਕੇਂਦਰ ਸਰਕਾਰ ਕੋਈ ਏਰੀਆ ਸਪੈਸੀਫਾਈ ਕਰਦੀ ਆ ਵੀ ਇਸ ਏਰੀਏ ਦੀ ਫਲਾਣੀ ਚੀਜ਼ ਮਸ਼ਹੂਰ ਆ ਜੀ, ਇਹਦੀ ਇੰਟਰਨੈਸ਼ਨਲ ਲੈਵਲ ਤੇ ਵੈਲਿਊ ਬਣ ਸਕਦੀ ਆ। ਸਾਡੀ ਪੰਜਾਬ ਦੀ ਪੰਜਾਬ ਬਾਸਮਤੀ ਜਿਹੜੀ ਵਰਲਡ ਲੈਵਲ ਤੇ ਬਹੁਤ ਮਸ਼ਹੂਰ ਆ ਜੀ, ਕੱਲੀ ਇੰਡੀਆ ਦੇ ਨਹੀਂ ਪਾਕਿਸਤਾਨ ਦੇ ਪੰਜਾਬ ਦੀ ਮਸ਼ਹੂਰ ਆ। ਇਹ ਦਰਿਆਵਾਂ ਦਾ ਏਰੀਆ ਗਿਣਿਆ ਗਿਆ ਤੇ ਦਰਿਆਵਾਂ ਦੇ ਏਰੀਏ ਦੇ ਇੱਕ ਇਹਨਾਂ ਦੀ ਹੈਗੀ ਸਟੱਡੀ ਕੀਤੀ ਸਾਡੇ ਵਿਗਿਆਨੀ, ਉਹ ਕਹਿੰਦੇ ਉੱਥੇ ਜਿਹੜੀ ਫਸਲ ਬੜੀ ਵਧੀਆ ਹੁੰਦੀ ਵੀ ਟੇਸਟੀ ਤੇ ਬੜੀ ਕੁਦਰਤੀ ਫਸਲ ਨਿਕਲਦੀ ਆ। ਇਹ ਸਾਡੀ ਜਿਹੜੀ ਬਾਸਮਤੀ ਜਦੋਂ ਜਾਂਦੀ ਆ ਜਿਹੜੀ ਖੁਸ਼ਬੂ ਵਾਲੀ ਬਾਸਮਤੀ, ਉਹਨਾਂ ਦੇ ਨੰਬਰ ਨਾ ਵੀ ਮੈਨੂੰ ਪੂਰਾ ਯਾਦ ਨੀ ਇਸ ਵੇਲੇ ਕੀ ਕਿਹੜਾ ਹੈਗਾ ਵਾ, ਉਹ ਜਿਹੜੀ ਖੁਸ਼ਬੂ ਵਾਲੀ ਬਾਸਮਤੀ ਜਾਂਦੀ ਉਹ ਤੇ ਪੰਜਾਬ ਬਾਸਮਤੀ ਵਰਲਡ ਚ ਕਾਫੀ ਵੈਲਿਊ ਹੈਗੀ ਉਹਦੀ। ਇਸੇ ਕਰਕੇ ਉਸ ਬਾਸਮਤੀ ਦੀ ਕੀਮਤ ਮਾਰਕੀਟ ਦੇ ਵਿੱਚ ਜਿਹੜੀ MSP ਤੋਂ ਵੱਧ ਮਿਲ ਜਾਂਦੀ ਕਿਸੇ ਵਾਰ, ਉਹ ਚੀਜ਼ ਆ ਉਹਦੇ ਵਿੱਚ। ਮੱਧ ਪ੍ਰਦੇਸ਼ ਨੇ ਇੰਨੀ ਗੱਲ ਕਹੀ ਵੀ ਸਾਡੇ 13 ਜ਼ਿਲ੍ਹੇ ਵੀ ਬਾਸਮਤੀ ਗਾਉਂਦੇ ਤੇ ਇਹਨਾਂ ਨੂੰ ਵੀ GI ਟੈਗ ਦਿੱਤਾ ਜਾਵੇ ਜੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪਹਿਲੀ ਗੱਲ ਤੇ ਐਟਮੋਸਫੀਅਰ ਦੇ ਮੁਤਾਬਕ ਤੇ ਇਸ ਇਲਾਕੇ ਦੇ ਮੁਤਾਬਕ ਇਹ GI ਟੈਗ ਦੇ ਕਾਬਲ ਨਹੀਂ। ਦੂਸਰੀ ਚੀਜ਼, ਜੇ ਤੁਸੀਂ GI ਟੈਗ ਉਹਨੂੰ ਦਿੱਤੀ ਬਾਕੀ ਰਹਿ ਗਈ ਫਿਰ ਜੀ, ਫਿਰ ਖਾਸੀਅਤ ਕਿਤੋਂ ਰਹਿ ਗਈ? ਇਸ ਕਰਕੇ ਪੰਜਾਬ ਦੀ ਖਾਸੀਅਤ ਜਿਹੜੀ ਬਾਸਮਤੀ ਦੀ ਹੈਗੀ ਪੰਜਾਬ ਬਾਸਮਤੀ, ਉਹਨੂੰ ਬਰਬਾਦ ਕਰਕੇ ਤੁਸੀਂ ਇਹਦੀ ਕੁਆਲਿਟੀ ਨੂੰ ਖਰਾਬ ਨਾ ਕਰੋ। ਇਸ ਕਰਕੇ ਵਿਰੋਧ ਕੀਤਾ ਸੀ ਉਹਨਾਂ ਨੇ। ਉਹ ਮੇਰੇ ਵੀਰ ਜੀ ਨੂੰ ਸ਼ਾਇਦ ਜਵਾਬ ਮਿਲ ਗਿਆ ਹੋ ਗਿਆ। ਹਾਂਜੀ ਹਾਂਜੀ,
ਤੇ ਕਹਿੰਦੇ ਜੀ ਵਿਜੇ ਸਾਂਪਲਾ ਦਾ ਘਰ ਕਿਸਾਨ ਨਾ ਨੇ ਕੀਤਾ ਤੇ ਕਹਿੰਦੇ ਸਾਂਪਲਾ ਸਾਹਿਬ ਕਹਿੰਦੇ ਫਰੂਟੀਆਂ ਵੰਡਣ ਆ ਗਏ। ਕਿਆ ਬਾਤ ਹੈ ਜੀ, ਕਹਿੰਦੇ ਵੀ ਕਿਸਾਨ ਬੈਠਿਆ ਵੀ ਵਿਜੇ ਸਾਂਪਲਾ ਮੁਰਦਾਬਾਦ ਮੁਰਦਾਬਾਦ ਨਾਲ ਕਹਿ ਰਹੇ ਨੇ ਮੋਦੀ ਮੁਰਦਾਬਾਦ ਮੁਰਦਾਬਾਦ ਕਾਨੂੰਨ ਬਣਾਉਣੇ ਮੁਰਦਾਬਾਦ। ਸਾਂਪਲਾ ਸਾਹਿਬ ਨੇ ਆਪਣੀ ਸਿਕਿਉਰਿਟੀ ਲਈ ਘੱਟੋ ਘੱਟ 20 ਉਹਨਾਂ ਦੇ ਘਰੇ ਘਰੇ ਪੁਲਿਸ ਵਾਲੇ ਹੋਣੇ, ਇੱਕ ਬਾਲਟੀ ਚ ਫਰੂਟੀਆਂ ਪਈਆਂ ਨਾਲ ਦੋ ਨੌਕਰ ਲੈ ਤੇ ਫਟੋਰੀਆਂ ਫਰੂਟੀਆਂ ਵੰਡਣਾ ਜੀ। ਇੱਕ ਨੌਜਵਾਨ ਮੁੰਡੇ ਨੇ ਉੱਠ ਕੇ ਬਾਲਟੀ ਚੁੱਕ ਕੇ ਪਾਸੇ ਰੱਖ ਗਈ ਤੇ ਜਿਹੜੇ ਚਾਰ ਪੰਜ ਵੰਡੀਆਂ ਸੀ ਖੋਹ ਕੇ ਤੇ ਬਾਲਟੀ ਚ ਪਾ ਗਈ ਜੀ। ਉਹ ਕਹਿੰਦੇ ਵੀ ਤੁਹਾਡੀਆਂ ਫਰੂਟੀਆਂ ਪੀਣ ਵਾਸਤੇ ਨਹੀਂ ਇੱਥੇ ਆਏ ਸੀ, ਤੁਹਾਡੇ ਕੋਲ ਜਵਾਬ ਲੈਣ ਵਾਸਤੇ ਤੇ ਕਿਸਾਨ ਮਾਰੂ ਬਿੱਲ ਜਿਹੜੇ ਲਾਗੂ ਕੀਤੇ ਉਹਨਾਂ ਨੂੰ ਵਾਪਸ ਲਓ ਜੀ ਜੀ। ਉਹ ਬੋਲਣ ਲੱਗੇ ਸਟੇਜ ਦੇ ਅੰਦਰ, ਬਿਲਕੁਲ ਨੀ ਸਾਡੀ ਸਟੇਜ ਤੇ ਬੋਲਣਾ ਜੀ, ਸਾਨੂੰ ਓਦਾਂ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ, ਏਦਾਂ ਨੀ ਬੋਲਣ ਤੁਹਾਨੂੰ। ਉਹ ਜਾ ਕੇ ਬੈਠੇ ਵੀ ਉਹਨਾਂ ਦੇ ਵਿੱਚ, ਲੇਕਿਨ ਕਿਸਾਨਾਂ ਨੇ ਕਾਫੀ ਇਤਰਾਜ ਕੀਤਾ ਵੀ ਸਾਨੂੰ ਇਹਦਾ ਸਪਸ਼ਟੀਕਰਨ ਦਿਓ ਵੀ ਇਹ ਤੁਸੀਂ ਜਿਹੜੇ ਬਿੱਲ ਬਣਾਏ ਇਹ ਕਦੋਂ ਵਾਪਸ ਲਓਗੇ, ਕਿਉਂ ਗਲਤ ਬਿੱਲ ਬਣਾਏ ਜੀ, ਮਜਬੂਰੀ ਕੀ ਸੀ ਤੁਹਾਡੀ। ਉਹਦੇ ਵਿੱਚ ਜਦੋਂ ਫਿਰ ਪੱਤਰਕਾਰ ਨੇ ਪੁੱਛਿਆ ਤਾਂ ਉਹਨਾਂ ਫਿਰ ਝਾੜ ਝੰਬ ਜਿਹੜੀ ਅਕਾਲੀ ਟਿਕਾ ਕੇ ਕਰਤੀ ਅੱਜ ਜੀ। ਉਹਨਾਂ ਕਿਹਾ ਜੀ ਇਹ ਅਕਾਲੀ ਸਾਡੇ ਨਾਲ ਰਹੇ, ਸੱਤਾ ਦਾ ਆਨੰਦ ਮਾਣਦੇ ਰਹੇ, ਮੁੱਖ ਮੰਤਰੀ ਰਹੇ, ਸਭ ਕੁਛ ਰਹੇ, ਲੇਕਿਨ ਇਹਨਾਂ ਨੇ ਇਹ ਜਿੰਮੇਵਾਰੀ ਲਈ ਸੀ ਵੀ ਤੁਸੀਂ ਇਹ ਬਿੱਲ ਬਣਾ ਦਿਓ, ਅਸੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਨਵਿੰਸ ਕਰਨਾਗੇ ਸੀ, ਉਹ ਜਿੰਮੇਵਾਰੀ ਸਾਡੀ ਹੈ, ਲੇਕਿਨ ਇਹ ਜਿੰਮੇਵਾਰੀ ਤੋਂ ਆਪਣੀ ਭੱਜੇ ਆ, ਇਹ ਗਦਾਰ ਨਿਕਲੇ ਆ, ਇਸ ਕਰਕੇ ਸਾਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ, ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਇਹ ਕਿਤੇ ਗਦਾਰ ਨਾ ਹੁੰਦੇ ਤੇ ਫਿਰ ਸਾਨੂੰ ਸ਼ਾਇਦ ਇਹਨਾਂ ਮੁਸੀਬਤ ਸਾਹਮਣਾ ਕਰਨਾ ਪੈਂਦਾ, ਅਸੀਂ ਇਹਨਾਂ ਕਿਸਾਨਾਂ ਨੂੰ ਸਮਝਾ ਦਿੰਦੇ, ਲੇਕਿਨ ਸਾਡੀ ਕਿਸਾਨ ਗੱਲ ਸੁਣਨ ਲਈ ਤਿਆਰ ਨਹੀਂ। ਦੂਜੇ ਪਾਸੇ ਤੁਹਾਡੇ ਮਾਨ ਜੋ ਕਹਿੰਦੇ ਹਨ ਸਰ ਹੰਸ, ਆਓ ਜੀ ਮੈਂ ਪਹਿਲਾਂ ਵੇਖੋ ਜਿਹੜੇ ਫੈਡਰੇਸ਼ਨ ਵਾਲੇ ਸੀਗੇ, ਫੈਡਰੇਸ਼ਨ ਵਾਲਿਆਂ ਨੂੰ ਕੀ ਕੀਤਾ ਸੀ, ਕੋਰਟ ਨੇ ਕਹਿਤਾ ਸੀ ਕਿ ਇਹਨਾਂ ਲੋਕਾਂ ਦਾ ਕੋਈ ਕਸੂਰ ਨੀ, ਇਹ ਬਰੀ ਹੋ ਚੁੱਕੇ ਆ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ। ਸਟੇਟ ਨੇ ਕਹਿਤਾ ਜਿੰਨਾ ਸੈਂਟਰ ਨੂੰ ਮੈਂ ਦੇਊ, ਸਟੇਟ ਨੇ ਦੇ ਦਿੱਤਾ, ਸੈਂਟਰ ਦਿੰਦੀ ਨੀ ਸੀ। ਇੱਥੇ ਮਨਜੀਤ ਸਿੰਘ ਭੋਮਾ ਹੈਗੇ ਨੇ ਫੈਡਰੇਸ਼ਨ ਦੇ ਪ੍ਰਧਾਨ, ਉਹਨਾਂ ਗੱਲ ਕੀਤੀ ਹੰਸ ਨਾ ਵੀ ਹੰਸ ਜੀ ਆ ਪ੍ਰੋਬਲਮ ਆ ਜੀ। ਉਹ ਕਹਿੰਦਾ ਤੁਸੀਂ ਅੰਦਰ ਆ ਜਾਓ, ਤੁਸੀਂ ਦਿੱਲੀ ਆ ਜਾਓ, ਦਿੱਲੀ ਆ ਜਾਓ, ਸਵੇਰੇ 9 ਵਜੇ ਤੁਸੀਂ ਉਹਦੇ ਆ ਜਾਓ, ਗ੍ਰਹਿ ਮੰਤਰੀ ਦੇ ਘਰ ਆ ਜਾਓ, ਰਾਜਨਾਥ ਸਿੰਘ ਹੁੰਦੇ ਸੀ। ਅੱਛਾ ਜੀ, ਉਹ ਤੇ ਚਲੇ ਗਏ ਤੇ ਬਾਅਦ ਜਦੋਂ ਗਏ ਉੱਥੇ CID ਬੈਠੀ, ਕਹਿੰਦਾ ਤੁਸੀਂ ਤਾਂ ਅੱਤਵਾਦੀ, ਤੁਸੀਂ ਕੀ ਲਾਣਾਗੇ ਇੱਥੇ ਬਈ। ਉਹ ਕਹਿੰਦਾ ਸਾਨੂੰ ਹੰਸ ਹੋਰਾਂ ਬੁਲਾਇਆ, ਹੰਸ ਅੰਦਰ ਗਰਮ ਹੋਣ ਡਿਆ ਸੀ ਮੰਤਰੀ ਨਾਲ, ਵੀ ਤੁਸੀਂ ਕਿਉਂ ਨੀ ਮਿਲਦੇ ਉਹਨਾਂ ਨੂੰ। ਉਹ ਫਿਰ ਕਹਿੰਦਾ ਜੀ ਇਹਨਾਂ ਦਾ ਪਿਛੋਕੜ ਠੀਕ ਨੀ, ਕਹਿੰਦਾ ਜੀ ਮੇਰਾ ਸਿਰ ਵੱਢ ਕੇ ਰੱਖ ਲਓ ਜੇ ਤੂੰ ਗੜਬੜ ਕਰਨ, ਮੇਰੀ ਜ਼ਿੰਮੇਵਾਰੀ। ਇੱਥੋਂ ਤੱਕ ਹੰਸ ਨੇ ਗੱਲ ਕਹੀ ਉਦੋਂ। ਅੱਛਾ ਜੀ, ਇਹ ਸੱਚੀ ਹੈ ਜੀ ਗੱਲ? ਸੱਚੀ ਸੱਚੀ, ਬਿਲਕੁਲ ਸੱਚੀ, ਮੈਨੂੰ ਦੱਸ ਦੋ, ਦੱਸੂਗਾ ਤੁਹਾਨੂੰ ਦੱਸ ਦੂਗਾ। ਫਿਰ ਉਹਨੇ ਇੰਨੀ ਗੱਲ ਕਹੀ, ਫਿਰ ਕਹਿੰਦਾ ਬੁਲਾਓ ਇਹਨਾਂ ਨੂੰ ਜੀ। ਉਹ ਬੁਲਾਇਆ ਤੇ 5 ਮਿੰਟ ਦਾ ਟਾਈਮ ਮਿਲਿਆ ਤੇ ਮੁੜ ਕੇ 50 ਮਿੰਟ ਹੋਮ ਮਿਨਿਸਟਰ ਨਾਲ ਗੱਲ ਹੋਈ ਤੇ ਹੋਮ ਮਿਨਿਸਟਰ ਨੇ ਕਿਹਾ ਤੇ ਅਸੀਂ ਕੱਲ ਨੂੰ ਫੰਡ ਰਿਲੀਜ਼ ਕਰਦੇ ਆ ਜੀ। ਹੋਰ ਵੀ ਜਿਹੜੀ ਉਹਨਾਂ ਮੰਗਾਂ ਦਿਖਾਈਆਂ ਉਹਨੇ ਨੋਟ ਕੀਤੀਆਂ, ਉਹਨੇ ਕਿ ਅਸੀਂ ਗੌਰ ਫਰਮਾਵਾਂਗੇ ਤੁਹਾਡੇ। ਇਸ ਕਰਕੇ ਹਾਂਸੇ ਹੁਣ ਕਹਿੰਦਾ ਵੀ ਤੁਸੀਂ ਮੇਰੇ ਆਪਣੇ ਹੋ, ਮੈਂ ਜੋ ਦਿੱਲੀ ਆਇਆ ਤੇ ਮੈਨੂੰ ਉਹਨੇ ਕਿਸੇ ਨੇ ਕਹਿ ਦਿੱਤਾ ਵੀ ਭਾਈ ਤੈਨੂੰ ਮਾਰ ਦੇਣਗੇ। ਉਹ ਕਹਿੰਦਾ ਮੇਰੇ ਆਪਣੇ ਮੈਨੂੰ ਨੀ ਮਾਰ ਸਕਦੇ। ਵੈਸੇ ਕਈ ਗੱਲਾਂ ਤਾਂ ਬੰਦਾ ਸਹੀ ਕਰ ਦਿੰਦਾ ਜੀ ਜੀ ਜੀ, ਜੇ ਹੁਣ ਵੀ ਗੱਲ ਕਹੀ ਆ ਤਾਂ ਮੈਨੂੰ ਲੱਗਦਾ ਹੁਣ ਵੀ ਲੈ ਵੜੂ ਕਿਤੇ ਨਾ ਕਿਤੇ ਜੀ ਜੀ। ਉਹ ਕਹਿੰਦਾ ਆਓ ਚੱਲੀਏ, ਆਓ ਚੱਲੀਏ, ਤੁਹਾਨੂੰ ਮੈਂ ਪਹਿਲਾਂ ਆਪਣੇ JP ਨੱਡਾ ਨਾਲ ਮਿਲਾਉਂਗਾ, JP ਨੱਡਾ ਨਾਲ ਤੁਹਾਨੂੰ ਮੈਂ ਮੁੜ ਕੇ ਪ੍ਰਧਾਨ ਮੰਤਰੀ ਨੇ ਮਿਲਾਉਂਗੇ, ਜਿੱਦਾਂ ਕਹੋਗੇ ਆਪਾਂ ਕਰਾਂਗੇ, ਨਾਲ ਤੇ ਮੇਰੇ ਚੱਲੋ ਘੱਟੋ ਘੱਟ ਤੁਸੀਂ। ਠੀਕ ਹੈ, ਗੱਲ ਪਰਖ ਲੈਣਾ ਚਾਹੀਦਾ, ਗੱਲਾਂ ਤੇ ਉਹਦੀਆਂ ਠੀਕ ਨੇ, ਲੇਕਿਨ ਹੁਣ ਇਹ ਫੈਸਲਾ ਜਿਹੜਾ ਵਾ ਕਿਸੇ ਇੱਕ ਜਥੇਬੰਦੀ ਦੇ ਨਹੀਂ, ਉਹ 31 ਜਥੇਬੰਦੀਆਂ ਨੇ ਸਾਂਝੇ ਰੂਪ ਦੇ ਵਿੱਚ ਲੈਣਾ ਕਿ ਆਪਾਂ ਕੀ ਕਰਨਾ ਵਾ, ਕਿਉਂਕਿ ਉਹਨਾਂ ਦੀ ਗੱਲ ਜਿਹੜੀ ਉਹ 8 ਮੈਂਬਰੀ ਕਮੇਟੀ ਨਾਲ ਵੀ ਚੱਲ ਰਹੀ ਆ, ਉਹ ਕਮੇਟੀ ਨਾਲ ਵੀ ਗੱਲਬਾਤ ਚੱਲ ਰਹੀ ਆ ਵੀ ਅਸੀਂ ਹੁਣ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਉਹ ਜੈਣੀ ਸਾਹਿਬ ਨੇ ਕਹਿ ਦਿੱਤਾ ਸੀ ਵੀ ਸਾਡੀ ਕੋਈ ਜਥੇਬੰਦੀ ਦੀ ਗੱਲ ਚੱਲ ਰਹੀ ਹੈ ਜੀ, ਜੋ ਕਮੇਟੀ ਵਿੱਚ ਚੱਲਣ ਦੀ ਗੱਲ ਤੇ ਇੱਕੋ ਹੀ ਆ। ਮੈਨੂੰ ਇੱਕ BJP ਦੇ ਲੀਡਰ ਦਾ ਫੋਨ ਆਇਆ ਸੀ ਦਿੱਲੀ, ਉਹ ਕਹਿੰਦਾ ਜੀ ਮੈਂ ਇੱਥੇ ਆਪਣੇ ਬੰਦੇ ਮੇਰੇ ਹੈਗੇ ਸੀ ਕਿਸਾਨਾਂ ਨੇ ਗੱਲ ਕੀਤੀ, ਉਹਨਾਂ ਨੇ ਗੱਲ ਕਹਿਤੀ ਵੀ ਸਾਡੀ 8 ਮੈਂਬਰੀ ਕਮੇਟੀ ਦੀ ਗੱਲ ਚੱਲਦੀ ਆ ਤੇ ਅਸੀਂ ਕਿਸੇ ਕਿਸੇ ਮੰਜ਼ਿਲ ਤੇ ਪਹੁੰਚ ਜਾਵਾਂਗੇ ਜਲਦੀ ਜੀ। ਹੁਣ 10 ਦਿਨਾਂ ਦੇ ਵਿੱਚ ਇਹ ਕਮੇਟੀ ਰਿਪੋਰਟ ਆਪਣੀ ਸਬਮਿਟ ਕਰਦੀ ਕਿ ਨਹੀਂ ਕਰਦੀ, ਉੱਥੇ ਜਾ ਕੇ ਕੀ ਕਹਿੰਦੀ ਕੀ ਨਹੀਂ ਕਹਿੰਦੀ, ਲੇਕਿਨ ਕੇਂਦਰ ਸਰਕਾਰ ਬਹੁਤ ਡਰੀ ਹੋਈ ਹੈ ਕਿ ਜੇ ਸਾਰੇ ਦੇਸ਼ 'ਚ ਮੂਵਮੈਂਟ ਸ਼ੁਰੂ ਹੋ ਗਈ ਤੇ ਕਿਸਾਨਾਂ ਦੇ ਕੋਲ ਕੋਈ ਮਚਿਆ ਨਹੀਂ ਤੇ ਫਿਰ
ਇਸ ਕਰਕੇ ਜਿਹੜਾ ਵਾ ਇਹ ਸਾਂਪਲਾ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ, ਪਰ ਕਿਸਾਨਾਂ ਕਿਹਾ ਨਾ ਇੱਕੋ ਗੱਲ ਦਾ ਜਵਾਬ ਦੇ ਦਿਓ, ਇਹ ਜਿਹੜੇ ਕਿਸਾਨ ਮਾਰੂ ਬਿੱਲ ਸੀ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਸੀ, ਪੰਜਾਬ ਦੇ ਲੋਕ ਸੀ, ਪੰਜਾਬ ਦੇ ਰਹਿਣ ਵਾਲੇ ਸੀ, ਪੰਜਾਬ ਦੇ ਖਾਣ ਵਾਲੇ ਸੀ, ਤੁਸੀਂ ਵਿਰੋਧ ਕਿਉਂ ਨੀ ਕੀਤਾ ਉੱਥੇ, ਕਿਉਂ ਲਾਗੂ ਕਰ ਦਿੱਤੇ ਬਿੱਲ ਤੁਸੀਂ? ਜੀ ਸੋ ਭਲੇ ਹੀ ਕਰੇ ਜੀ, ਕੀ ਕਰਦੇ ਆ ਕੀ ਨਹੀਂ ਕਰਦੇ ਤੇ ਦੇਖੋ ਹੁਣ ਪੰਜਾਬ ਦੇ ਵਿਚ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਰਾਹੁਲ ਗਾਂਧੀ ਨੂੰ ਕਾਲੇ ਝੰਡੇ ਕਿਉਂ ਦਿਖਾਏ ਜੀ? ਫਿਰ ਉਹਨਾਂ ਦਾ ਕਾਰਨ ਸੀ, ਉਹ ਗੱਲ ਸਹੀ ਆਪਣੀ ਜਗ੍ਹਾ ਦੇ ਉੱਤੇ। ਹਾਂ, ਲੇਕਿਨ ਕੈਪਟਨ ਸਾਹਿਬ ਨੇ ਅੱਜ ਕਹਿ ਦਿੱਤਾ ਵੀ ਜਿਹੜਾ ਪੋਸਟ ਮੈਟ੍ਰਿਕ ਸਾਈਫਨ ਉਹ ਬੜੀ ਜਲਦੀ ਰਿਲੀਜ਼ ਕੀਤਾ ਜਾਊਗਾ ਜੀ। ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਵੀ ਤੁਸੀਂ ਧਰਮ ਸੁਧ ਦੋਸ਼ੀ ਆ, ਜਿਹੜਾ ਐਡੀਸ਼ਨਲ ADCP ਸੀ, ਐਡੀਸ਼ਨਲ ਚੀਫ ਸੈਕਟਰੀ ਸੀਗਾ ADCP, ਜਦੋਂ ਉਹਨੇ ਕਿਰਪਾ ਰਾਮ ਕੀਤੀ ਸ਼ਿਵ ਸਾਗਰ ਕੀ ਨੌ ਦਾ, ਉਹਨੇ ਜਦੋਂ ਰਿਪੋਰਟ ਦੇ ਦਿੱਤੀ ਵੀ ਇਹਦੇ ਚ ਮੰਤਰੀ ਦੋਸ਼ੀ ਆ ਵੀ ਇਹਨਾਂ ਨੇ ਆਹ ਬਿੱਲ ਜਲਦੀ ਜਿਹੜੇ ਸੀ ਕਾਲਜਾਂ ਨੂੰ ਜਲਦੀ ਸਟੂਡੈਂਟ ਨੂੰ ਜਿਹੜੇ ਰਿਲੀਜ਼ ਕਰਕੇ ਤੇ ਆਪ ਖਾਦੇ ਸਭ ਕੁਛ ਜੀ, ਉਹਦਾ ਨਾਂ ਵੀ ਕੁਛ ਹੋਰ ਰੱਖਿਆ ਸੀ, ਭੁੱਲ ਗਿਆ ਉਹਨਾਂ ਦਾ। ਉਹਨਾਂ ਨੇ ਇਹਦੇ ਕਰਕੇ ਕੀਤਾ ਸੀ ਵੀ ਧਰਮ ਸੋਤ ਨੂੰ ਜੇ ਉਸ ਇੱਕ IAS ਅਫਸਰ ਨੇ ਰਿਪੋਰਟ ਦਿੱਤੀ ਆ ਜਾਂ ਉਹਨੂੰ ਫਿਰ ਡਿਸਮਿਸ ਕਰੋ ਤੁਸੀਂ ਜੀ, ਜੇ ਇਹਨੂੰ ਕਲੀਨ ਚਿੱਟ ਦਿੰਦੇ ਆ ਤੇ ਫਿਰ ਉਹਨੇ ਗਲਤ ਰਿਪੋਰਟ ਕਿਉਂ ਦਿੱਤੀ, ਉਹਦੇ ਖਿਲਾਫ਼ ਕਾਰਵਾਈ ਕਿਉਂ ਨੀ ਕਰਦੇ ਤੁਸੀਂ? ਉਹਨੇ ਕਿਹਾ ਜੀ ਇਹਦੀ ਦੁਬਾਰਾ ਰਿਪੋਰਟ ਕੀਤੀ ਜਾਵੇ, ਇਹ ਜੋ ਉਹਨੇ ਲਿਖਿਆ ਸਹੀ ਲਿਖਿਆ, ਧਰਮ ਜੋਤ ਨੂੰ ਇਮੀਜੀਏਟਲੀ ਹਟਾਇਆ ਜਾਵੇ ਤੇ ਜਿਹੜੇ ਪੋਸਟ ਮੈਟ੍ਰਿਕ ਦੇ ਜਿਹੜੇ ਸਟਾਈਫਨ ਇਮੀਜੀਏਟਲੀ ਰੀਜ ਕੀਤੇ ਜਾਣ। ਦੂਜੇ ਪਾਸੇ RS ਲੱਦੜ ਨੇ ਸਾਡੇ ਜਿਹੜੇ ਸਾਬਕਾ IAS ਅਫਸਰ ਨੇ, ਹਾਂਜੀ, ਉਹਨਾਂ ਨੇ ਸਾਰਿਆਂ ਨੇ ਰਲ ਕੇ 10 ਦੀ ਕਾਲ ਦਿੱਤੀ ਬੰਦ ਦੀ, ਬੰਦ ਕਰੋ ਜੀ ਤੁਸੀਂ ਇਹਨੂੰ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਬਾਦੀ ਦਲਿਤਾਂ ਦੀ ਆ, 33-34%, ਜ਼ਮੀਨ ਉਹਨਾਂ ਕੋਲ 3%, ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਉਹ ਤੁਸੀਂ ਹੱਕ ਲੈਣ ਨੀ ਦਿੰਦੇ ਉਹਨੂੰ। ਇੱਕ ਪੋਸਟ ਮੈਟ੍ਰਿਕ ਜਿਹੜਾ ਸਟਾਈਫਨ ਹੁੰਦਾ ਸੀ ਉਹ ਵੀ ਤੁਸੀਂ ਜਿਹੜਾ ਵਾ ਉਹ ਇਹਨਾਂ ਦੇ ਖਾਈ ਜਾਣ ਡੇ ਹੋ। ਸਾਡੀ ਮੰਗ ਆ ਵੀ ਪੋਸਟ ਸਟਾਈਫਨ ਜਿਹੜਾ ਵਾ ਉਹ ਬੱਚਿਆਂ ਦੇ ਖਾਤੇ ਖਿਲਾਏ ਜਾਣ ਤੇ ਉਹਨਾਂ ਦੇ ਖਾਤਿਆਂ ਨੂੰ ਸਿੱਧਾ ਜਾਵੇ, ਕੋਈ ਖਾਵੇ ਨਾ ਉਹਨੂੰ। ਇਸ ਕਰਕੇ ਧਰਮ ਸੋਚ ਦੋਸ਼ੀ ਆ, ਇਹਦੇ ਖਿਲਾਫ਼ ਕਾਰਵਾਈ ਕੀਤੀ ਨਹੀਂ ਕਰਨਗੇ ਤੇ ਅਸੀਂ 10 ਨੂੰ ਸਜ਼ਾ ਬੰਦ ਕਰਾਂਗੇ, ਬੰਦ ਕਰਕੇ ਦੱਸਾਂਗੇ ਵੀ ਜਿਹੜੀ ਦਲਿਤਾਂ ਦੀ ਪਾਵਰ ਕਿੰਨੀ ਹੈਗੀ ਜੀ। ਜੀ ਜੀ, ਤੇ ਹੁਣ ਆਪਾਂ ਗੱਲ ਕਰ ਲਈਏ ਜੀ, ਅਵਾਰਾ ਕੁੱਤਿਆਂ ਨੇ ਕਹਿੰਦੇ ਬਜ਼ੁਰਗ ਔਰਤ ਨੂੰ ਨੋਚਣ, ਇਹ ਤਾਂ ਇੱਕ ਕਹਿੰਦੇ ਹਰ ਰੋਜ਼ ਹੀ ਕਿਤੇ ਨਾ ਕਿਤੇ ਇਹ ਅਵਾਰਾ ਕੁੱਤਿਆਂ ਦੀ ਜਿਹੜੀ ਦਹਿਸ਼ਤ ਹੈ, ਅਵਾਰਾ ਕੁੱਤਿਆਂ ਦਾ ਜਿਹੜਾ ਕੰਮ ਆ ਸਾਨੂੰ ਦੇਖਣ ਨੂੰ ਮਿਲਦਾ ਜੀ। ਅਵਾਰਾ ਕੁੱਤਿਆਂ ਦੀ ਵੇਖੋ ਨਾ ਜੀ, ਜੇ ਕਿਤੇ ਕੁੱਤਾ ਮਰ ਜੇ ਤੇ ਕਿੰਨਾ ਰੌਲਾ ਪੈਂਦਾ, ਕੁੱਤਾ ਮਾਰਤਾ, ਜੇ ਬੰਦਾ ਮਾਰ ਦੇ ਕੁੱਤਾ ਤੇ ਫਿਰ ਕੋਈ ਗੱਲ ਨੀ। ਇਹ ਤੁਹਾਡੇ ਵੇਖਣ ਹੈਗਾ ਕੋਟ ਧਰਮ ਮਾਨਸਾ ਜਿਹੜੇ ਪਿੰਡ ਆ, ਉੱਥੋਂ ਦੀ ਇੱਕ 80 ਸਜ਼ਾ ਲੇਡੀ ਸੀ, ਉਹ ਵਿਚਾਰੀ ਇਕੱਲੀ ਕਰ ਰਹਿੰਦੀ ਸੀ ਆਪਣੇ ਤੇ ਲਾਗੇ ਹੱਡੋ ਰੋੜੀ ਵੀ ਹੈਗੀ ਸੀ। ਉਹ ਇੱਕ ਦਿਨ ਕੁੱਤੇ ਉਹਦੇ ਕੱਲ ਤੇ ਘਰ ਆਏ, ਉਹਦੇ 2-3 ਕੁੱਤੇ ਆਏ ਵੱਡੇ ਵੱਡੇ, ਉਹਨਾਂ ਨੇ ਆ ਕੇ ਉਹਨੂੰ ਪਾਲਣਾ ਸ਼ੁਰੂ ਕਰਤਾ। ਬਜ਼ੁਰਗ ਔਰਤ ਸੀ, ਨਹੀਂ ਸੰਭਾਲ ਸਕੀ, ਬਜ਼ੁਰਗਾਂ ਨਾਲ ਹੀ ਹੁੰਦਾ ਜੀ ਇਹ ਕੰਮ। ਉਹਨਾਂ ਨੇ ਨੋਚ ਖਾਧਾ, ਉਹਨੂੰ ਨੂਜ ਖਾ ਕੇ ਔਰਤ ਦੀ ਡੈਥ ਹੋ ਗਈ। ਹੁਣ ਪਿੰਡ ਦਾ ਸਰਪੰਚ ਕਹਿੰਦਾ ਵੀ ਸਾਡਾ ਹੱਡਾ ਰੋੜੀ ਇੱਥੇ ਨੇੜੇ ਆ, ਇਹ ਬੀਬੀ ਦੀ ਵਾਕਈ ਮੌਤ ਹੋਈ ਹੈ, ਕੁੱਤਿਆਂ ਨੇ ਨੋਜ ਨੁਜ਼ ਕੀਤੀ ਹੈ, ਕਿਸੇ ਹੋਰ ਦਾ ਨਹੀਂ ਹੈਗਾ, ਅਸੀਂ ਕਰ ਕੀ ਸਕਦੇ, ਅਸੀਂ ਕੁੱਤਿਆਂ ਨੂੰ ਮਾਰ ਨੀ ਸਕਦੇ। ਇਹ 20-25 ਕੁੱਤੇ ਜਿਹੜੇ ਵਾਰਾ ਸਾਡੇ ਪਿੰਡ ਚ ਬੜੀ ਗੜਬੜ ਕਰਦੇ ਆ, ਸਾਨੂੰ ਮਾਰਨ ਦੀ ਜਾਇਜ਼ ਦਿੱਤੀ ਜਾਵੇ, ਦਵਾਈ ਪਾਉਣ ਦੀ ਦਿੱਤੀ ਜਾਵੇ, ਕੁਛ ਕੀਤਾ ਜਾਵੇ, ਇਹਨਾਂ ਨੂੰ ਅੱਗੇ ਫੜਕ ਲਾ ਜਾਓ ਇਹਨਾਂ ਨੂੰ ਇੱਥੋਂ ਤੁਸੀਂ। ਇਸ ਕਰਕੇ ਉਹ ਮਾਤਾ ਜਿਹੜੀ ਆ ਉਹ ਵਿਚਾਰੀ ਇਸ ਵੇਲੇ ਕੁੱਤਿਆਂ ਦਾ ਸ਼ਿਕਾਰ ਹੋ ਗਈ ਆ, ਇਹ ਮੰਦ ਭਾਗੀ ਇਹਨਾਂ ਦਾ ਰੌਲਾ। ਪਤਾ ਕੀ ਆ, ਇੱਥੇ ਮੈਂ ਆਪਣਾ ਵੇਖਿਆ, ਜੇ ਕੁੱਤਾ ਕਿਸੇ ਦੀ ਵੱਢਣ ਲੱਗਾ ਸਕੂਟਰ ਤੇ ਜਾਂਦੇ ਦੀ, ਉਹਨੇ ਡੰਡਾ ਮਾਰਤਾ ਲੈ, ਬੁੜੀ ਨੇ ਇੱਕ ਬੰਦਾ ਕੁੱਟਤਾ। ਇਸੇ ਤਰ੍ਹਾਂ ਦੇਖੋ ਆ, ਲਾਕਡਾਊਨ ਦੇ ਵਿੱਚ ਇੱਕ ਐਕਸੀਅਨ ਲੁਧਿਆਣੇ ਪੱਟੀ ਸਾਹਿਬ, ਉਹ ਸੈਰ ਕਰ ਰਿਹਾ ਸੀ, ਕੁੱਤਾ ਉਹਦੇ ਮਗਰ ਪੈ ਗਿਆ, ਉਹਨੇ ਡਲਾ ਮਾਰਿਆ, ਇੱਕ ਔਰਤ ਨੇ ਉਹਦੇ ਡਲਾ ਮਾਰਿਆ ਬੰਦੇ ਦੇ, ਮੁੜ ਕੇ ਪਰਚੋ ਪਰਚੀ ਉਹਨੂੰ ਕੁੱਟ ਮਾਰ ਕਰ ਐਕਸੀਅਨ ਨੂੰ, ਉਹਦੀ ਪੁਲਿਸ ਤੋਂ ਗੱਡੀਆਂ ਚ ਕਾ ਬੁਰਾ ਹਾਲ। ਦੱਸੋ ਵੀ ਇੱਕੋ ਕੁੱਤਾ ਆਪਦੀ ਜਾਨ ਵੀ ਨਾ ਬਚਾਵੇ ਬੰਦਾ ਕੁੱਤੇ ਤੋਂ, ਆਹ ਤਾਂ ਲੋਕਾਂ ਦਾ ਹਾਲ ਹੋਇਆ ਪਿਆ। ਬਿਲਕੁਲ, ਲੋਕਾਂ ਦਾ ਹਾਲ ਮਾੜਾ ਗੱਲ ਤੇ ਹੈ, ਜੇ ਕੁੱਤੇ ਨੂੰ ਉਹ ਬੰਦੇ ਨਾਲੋਂ ਨਾ ਇਨਸਾਨ ਨਾਲੋਂ ਕਤੀੜ ਦੀ ਕਦਰ ਵਾਲੀ ਹੋ ਗਈ ਪੰਜਾਬੀ ਚ। ਪੁਰਾਣੇ ਬਜ਼ੁਰਗ ਤਾਂ ਕਹਿੰਦੇ ਕਤੀੜ ਗੰਡਕਾ ਕਹਿੰਦੇ ਵੀ, ਗੰਡਕੇ ਨੂੰ ਨਾ ਗੰਡਕੇ ਨੂੰ ਉਹਦੇ ਥਾਂ ਤੇ ਰੱਖੋ, ਘਰੇ ਨਾ ਵੜਨ ਦੇ ਅੰਦਰ, ਕਹਿੰਦੇ ਬਾਹਰ ਰੱਖੋ, ਹੁਣ ਮੰਜਿਆਂ ਚ ਪੈਣ ਲੱਗ ਪਏ ਨਾਲ। ਦੱਸੋ, ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਤਾਂ ਠੀਕ ਗੱਲ ਆ, ਪਰ ਬੀਬੀ ਹੁਣ ਬੀਬੀ ਜਵਾਬ ਤਾਂ ਦੇਵੇ ਨਾ, ਬੀਬੀ ਜਿਹੜੀ ਹੈਗੀ ਆਪਣੀ ਮਿਹਨਤਾਂ ਦੀ, ਹਾਂ, ਜਿਹੜੀ ਬੀਬੀ ਦਾ ਕਤਲ ਕੌਣ ਹੁਣ ਦੱਸੇ ਦਿੱਤੇ ਜਾਵੇ, ਬਿਲਕੁਲ
ਕਿਉਂ? ਇਸ ਤੋਂ ਪਹਿਲਾਂ ਤੁਹਾਨੂੰ ਪਤਾ ਛੋਟੇ ਛੋਟੇ ਹੁੰਦੇ ਉਹਦੇ ਕੁੱਤੇ ਮਾਰ ਦਿੰਦੇ ਦਵਾਈ ਪਾ ਕੇ। ਬਿਲਕੁਲ ਮਰਦੇ ਸੀ ਜੀ, ਆਪਾਂ ਕੁੱਤੇ ਮਾਰ ਮੁਹਿੰਮ ਚੱਲਦੀ ਸੀ, ਦੇਖੋ ਕਿੰਨੇ ਸੌਖੇ ਸੀ ਉਦੋਂ ਲੋਕ। ਪਾਕਿਸਤਾਨ ਚ ਤਾਂ ਹੁਣ ਵੀ ਹੈਗਾ ਵੀ ਪਟਵਾਰੀਆਂ ਦੀ ਡਿਊਟੀ ਲੱਗਦੀ ਹੈ, ਕੁੱਤੇ ਮਾਰ ਕੇ ਉਹਦੇ ਦੋਨੇ ਕੰਨ ਵੱਢ ਕੇ ਲਿਆਓ, ਡੀਸੀ ਦਫ਼ਤਰ ਪੈਸੇ ਲੈ ਜਾਓ। ਬਿਲਕੁਲ 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 ਨੀ, ਤੁਹਾਡੇ ਦੇਖੋ ਤੁਹਾਡੇ ਤਾਂ ਅੱਗੇ ਹਿਮਾਚਲ ਨਾਲ ਹੈਗਾ, ਉੱਥੇ ਬਾਂਦਰ ਹਿਮਾਚਲ ਬਾਂਦਰ ਮਾਰ ਦਿਓ, ਬਾਂਦਰ ਮਾਰ ਕੇ ਪਹਿਲਾਂ 500 ਰੁਪਏ ਹਜ਼ਾਰ ਕਰਤਾ ਉਹਨਾਂ ਨੇ, ਬਾਂਦਰ ਮਾਰ ਕੇ ਲੈ ਆਓ ਦਿਖਾਊਗਾ ਬਾਂਦਰ ਦੇ। ਹਾਂਜੀ, ਪੰਜਾਬ ਚ ਡੰਡਾ ਮਾਰ ਕੇ ਦਿਖਾਊਗਾ ਬਾਂਦਰ? ਨਹੀਂ ਨਹੀਂ ਮਾਰ ਸਕਦੇ ਤੁਸੀਂ। ਕਾਲ ਲੈ ਲਈਏ ਜੀ, ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਹਾਂ ਸਤਿ ਸ੍ਰੀ ਅਕਾਲ ਜੀ, ਦਾਨੇਵਾਲੀਆ ਸਾਹਿਬ, ਪੱਟੀ ਸਾਹਿਬ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਮਹਾਰਾਜ, ਸਤਿ ਸ੍ਰੀ ਅਕਾਲ, ਸਿਹਤ ਸੁਧ ਠੀਕ ਹੈ ਜੀ? ਬੜੀ ਕਿਰਪਾ ਜੀ ਬਾਬੇ ਜੀ, ਢਿੱਡੋ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਅੱਛਾ ਪੱਟੀ ਸਾਹਿਬ, ਬੇਨਤੀ ਇਹ ਹੈ ਜੀ ਜੀ ਵੀ ਹੁਣ ਪਰਸੋਂ ਚੌਥੇ ਦਾ ਕੋਈ ਸੜਕਾਂ ਤੇ ਨਵਾਂ ਟ੍ਰੈਂਡ ਚੱਲਿਆ ਵੀ ਇੱਕ ਇੱਕ ਟਰੈਕਟਰ ਦੇ ਉੱਤੇ ਇੱਕ ਇੱਕ ਜ਼ਿਮੀਦਾਰ ਬੈਠਾ ਹੈ, ਚਾਰ ਚਾਰ ਕਿਲੋਮੀਟਰ ਕੀ ਇਹ ਡਰਾਮਾ ਜਾ ਕਿ ਚੱਲ ਰਿਹਾ ਸਾਡੇ ਉੱਥੇ? ਉਹ ਜਿਹੜਾ ਸੈਲੋ ਆ ਉੱਥੇ ਅਡਾਨੀ ਵਾਲਾ ਦਾ, ਉੱਥੇ ਵੇਖੋ ਉਹ ਉਧਰੋਂ ਜ਼ਿਮੀਦਾਰ ਇੱਧਰ ਨੂੰ ਤੁਰੇ ਆਉਂਦੇ ਆ, ਇੱਧਰ ਦੇ ਏਰੀਆ ਦੇ ਜ਼ਿਮੀਦਾਰ ਟਰੈਕਟਰਾਂ ਦੇ ਉੱਧਰ ਨੂੰ ਤੁਰੇ ਜਾਂਦੇ ਆ ਜੀ। ਤੇ ਰਹੀ ਗੱਲ ਜਿਹੜੀ ਅਵਾਰਾ ਕੁੱਤਿਆਂ ਦੀ ਹੈ, ਇਹ ਪੱਟੀ ਸਾਹਿਬ ਕਈ ਜਗ੍ਹਾ ਤੇ ਤਾਂ ਸਥਿਤੀ ਇਹੋ ਜਿਹੀ ਬਣੀ ਪਈ ਆ ਵੀ ਜਿਵੇਂ ਸਕੂਲ ਦੇ ਨੇੜੇ ਕਿਤੇ ਹੱਡਾ ਰੋੜੀਆਂ ਜਾਂ ਕੁੱਤੇ ਉੱਥੇ ਵਿਹਲਿਆਂ ਥਾਵਾਂ ਤੇ ਆ ਜਾਂਦੇ ਆ, ਦਰਖਤ ਕਿਉਂਕਿ ਹੋਰ ਆਸੇ ਪਾਸੇ ਹੈ ਨੀ, ਉੱਥੋਂ ਖਾ ਪੀ ਕੇ। ਤੇ ਜਿਹੜੇ ਬੱਚਿਆਂ ਨੂੰ ਬਹੁਤ ਵੱਡਾ ਇਹ ਖਤਰਾ, ਇਹ ਸਰਕਾਰ ਨੂੰ ਨਾ ਅਵਾਰਾ ਕੁੱਤਿਆਂ ਦਾ ਕੋਈ ਸਾਰਥਕ ਹੱਲ ਕਰਨਾ ਚਾਹੀਦਾ, ਜਾਂ ਪਿੰਡ ਦੀਆਂ ਪੰਚਾਇਤਾਂ ਆਪਣੇ ਲੈਵਲ ਤੇ ਕਰਨ। ਇਹ ਮੁੱਦਾ ਤੁਸੀਂ ਅੱਜ ਚੱਕਿਆ ਨਾ, ਇਹ ਬਹੁਤ ਵਧੀਆ ਮੁੱਦਾ ਚੱਕਿਆ ਦਾਨੇਵਾਲੀਆ ਸਾਹਿਬ, ਇਹ ਇਹ ਕਿਉਂਕਿ ਇਹ ਮੁੱਦਾ ਜਿਹੜਾ ਨਾ ਰੌਲਾ ਪਹਿਲਾਂ ਵੀ ਇੱਥੇ ਬਹੁਤ ਪੈਂਦਾ, ਪਰ ਇਹਦਾ ਕੋਈ ਸਾਰਥਕ ਹੱਲ ਨਹੀਂ ਨਿਕਲ ਰਿਹਾ, ਤੇ ਪੱਟੀ ਸਾਹਿਬ ਇਹ ਤੇ ਆਪਣੇ ਵਿਚਾਰ ਜ਼ਰੂਰ ਦਿਓ। ਨਹੀਂ, ਇਹਦੇ ਬਾਰੇ ਵਿਚਾਰ ਇਹੀ ਹੈ ਜੀ, ਅਸੀਂ ਤਾਂ ਪਹਿਲਾਂ ਗੱਲ ਚੁੱਕਿਆ ਵੀ ਅਵਾਰਾ ਕੁੱਤੇ ਮਾਰਨ ਦਾ ਪਹਿਲਾਂ ਰਿਵਾਜ ਹੁੰਦਾ ਸੀ ਵੀ ਜਿਹੜੇ ਅਵਾਰਾ ਕੁੱਤੇ ਇੱਕ ਕੁੱਤੀ ਜਦੋਂ ਸੁਣਦੀ ਉਹ ਪੰਜ ਪੰਜ ਬੱਚੇ ਦਿੰਦੀ ਹੈ। ਹਾਂਜੀ ਹਾਂਜੀ ਹਾਂਜੀ, ਜਦੋਂ ਪੰਜ ਪੰਜ ਬੱਚੇ ਦਿੰਦੀ ਹੈ, ਜੇ ਕਿਤੇ ਬੱਚਾ ਕਿਤੇ ਗੱਡੀ ਥੱਲੇ ਤਾਂ ਗੱਡੀ ਵਾਲੇ ਲੋਕੀ ਹੋਏ ਨੇ ਵੀ ਕੁੱਤਾ ਮਾਰਤਾ, ਬੱਚਾ ਮਾਰਤਾ, ਛੋਟਾ ਬੱਚਾ ਸੀਗਾ। ਇਹ ਪੱਟੀ ਸਾਹਿਬ ਤੁਹਾਡੀ ਗੱਲ ਠੀਕ ਆ, ਮੇਰਾ ਖਿਆਲ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕਮੇਟੀਆਂ ਦੇ ਵਿੱਚੋਂ, ਕਮੇਟੀਆਂ ਚ ਕੁੱਤੇ ਮਾਰਦੇ ਸੀ। ਬਿਲਕੁਲ 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 ਬਿਲਕੁਲ, ਕਮੇਟੀਆਂ ਜਾਂਦੇ ਸੀ ਬੰਦੇ, ਬਿਲਕੁਲ ਕਮੇਟੀ ਵਾਲੇ ਮਾਰਦੇ ਹੁੰਦੇ ਸੀ ਆਪ ਜਾ ਕੇ। ਸਤਿ ਸ੍ਰੀ ਅਕਾਲ ਜੀ। ਇਸ ਕਰਕੇ ਕੁੱਤਿਆਂ ਦੀ ਇੱਕ ਲਹਿਰ ਜਿਹੜੀ ਚਾਹੀਦੀ ਆ, ਮੈਂ ਤੁਹਾਨੂੰ ਅੱਜ ਤੋਂ ਦੱਸ ਦਿਆਂ, 10-12 ਸਾਲ ਪਹਿਲਾਂ ਸਰਕਾਰ ਨੇ ਕਾਨੂੰਨ ਪਾਸ ਕੀਤਾ ਸੀ ਵੀ ਜਿਵੇਂ ਗਊਸ਼ਾਲਾ ਬਣੀਆਂ ਨਾ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ, ਇਸ ਤਰ੍ਹਾਂ ਕੁੱਤਿਆਂ ਦੇ ਜਾੜ ਬਣਨਗੇ, ਉਹ ਜਾੜ ਬਣਾ ਕੇ ਕੁੱਤੇ ਉੱਥੇ ਰੱਖੇ ਜਾਣਗੇ, ਅਵਾਰਾ ਕੁੱਤੇ ਚੁੱਕ ਕੇ ਜਾਣਗੇ, ਮਾਰੇ ਉੱਥੇ ਉੱਥੇ ਜਾ ਕੇ ਰੱਖੇ ਜਾਣਗੇ, ਉਹ ਸਟੇਬਲਾਈਜ਼ ਕੀਤੇ ਜਾਣਗੇ, ਤੇ ਇੱਕ ਵਾਰੀ ਤੁਸੀਂ ਵਾਰ ਦੇ ਉਹਨਾਂ ਕਦੇ ਆਪਸ ਮੈਂ ਲੜਨ ਮਰ ਜਾਣਾ ਮੁੜ ਕੇ। ਲੇਕਿਨ ਸਰਕਾਰ ਨੇ ਉਹ ਪੈਸੇ ਨਹੀਂ ਖਰਚ ਕੀਤੇ, ਉਹ ਜਾਣ ਦੀ ਕੀ ਜਗ੍ਹਾ ਲਈ ਲਈ, ਕਿਤੇ ਹੋਰ ਕੰਮ ਵਾਸਤੇ ਵਰਤ ਲਈ ਇਹਨਾਂ ਨੇ, ਅੰਮ੍ਰਿਤਸਰ ਸ਼ਹਿਰ ਦੀ ਮੈਂ ਗੱਲ ਕਰਦਾ, ਇੱਥੇ ਕੁੱਝ ਜਗ੍ਹਾ ਲਈ ਸੀ ਇਹਨਾਂ ਨੇ ਜੀ, ਦੋ ਇੱਕ ਜਗ੍ਹਾ ਲਈ ਸੀ, ਮੁੜ ਕੇ ਉਹਦਾ ਕੀ ਕੀਤਾ ਪਤਾ ਕੋਈ ਨੀ ਕੀਤਾ, ਲੇਕਿਨ ਕਹਿੰਦੇ ਸੀ ਜਾੜ ਬੜਾ ਕੁੱਤਿਆਂ ਦਾ ਸੀ, ਜਿਹੜੇ ਅਵਾਰਾ ਕੁੱਤੇ ਜਾ ਕੇ ਸੁੱਟਣ ਰੱਖਾਂਗੇ ਅਸੀਂ ਇੱਥੇ। ਇਸ ਕਰਕੇ ਜੇ ਸਰਕਾਰ ਨੇ ਨਹੀਂ ਮਾਰਨੇ ਤੇ ਉਹ ਜਿਹੀ ਸਕੀਮ ਬਣਾਈ ਜਾਵੇ ਜਿਹਨਾਂ ਨੂੰ ਇਹਨਾਂ ਕੁੱਤਿਆਂ ਨੂੰ ਇਹਨਾਂ ਜਗ੍ਹਾ ਤੇ ਜਿਹੜਾ ਇਕੱਠਾ ਰੱਖਿਆ ਜਾਵੇ ਤਾਂ ਕਿ ਉਹ ਨੁਕਸਾਨ ਨਾ ਕਰਨ। ਸ਼ਹਿਰ ਦੇ ਵਿੱਚ ਮੈਂ ਕਿਹਾ ਅੰਮ੍ਰਿਤਸਰ ਤੇ 50,000 ਕੁੱਤਾ ਆਉਣਾ ਇਸ ਵੇਲੇ। ਬਿਲਕੁਲ ਜੀ, ਜੇ 50,000 ਕੁੱਤਾ ਹੈਗਾ ਤਾਂ ਤੂੰ ਬਰਬਾਦੀ ਜੇ ਕਰੂਗਾ ਕਰੂਗਾ ਨਾ, ਫਿਰ ਸਾਡੀਆਂ ਜਥੇਬੰਦੀ ਆ ਜਾਂਦੀਆਂ ਕੁੱਝ, ਜੇ ਕੁੱਤਾ ਮਰ ਗਿਆ ਵੇਖੋ ਜੀ ਕੁੱਤਾ ਮਾਰਦਾ ਜੀ, ਮੈਂ ਜਿਹੜੀ ਆ ਉਹ ਐਨੀਮਲ ਐਨੀਮਲ ਫਾਊਂਡੇਸ਼ਨ ਦੀ ਪ੍ਰਧਾਨ, ਉਹ ਬੱਚੀਆਂ ਕੁੜੀਆਂ ਆ ਜਾਂਦੀਆਂ ਉੱਥੇ, ਮੰਦਾ ਹਾਲ ਹੁੰਦਾ ਵਿਚਾਰੇ, ਕੋਈ ਬੰਦਾ ਬੋਲ ਨੀ ਸਕਦਾ ਮੁੜ ਕੇ ਉੱਥੇ। ਬਸ ਆਈ ਹੈ ਜੀ ਪੱਟੀ ਸਾਹਿਬ, ਮਿਹਰਬਾਨੀ ਸ਼ੁਕਰੀਆ ਜੀ। ਸੋ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਸੁਣ ਰਹੇ ਹੋ। ਫਿਲਹਾਲ ਇੱਕ ਵਪਾਰਕ ਸੰਦੇਸ਼, ਫਿਰ ਆਪਾਂ ਗੱਲਬਾਤ ਕਰਾਂਗੇ ਪੱਤਰਕਾਰ ਭਾਈ ਭਰਾਵਾਂ ਨਾਲ, ਦੇ ਸਭ ਤੋਂ ਪਹਿਲਾਂ ਖਬਰ ਲਵਾਂਗੇ ਜੀ ਤੁਹਾਡੇ ਨਾਲ ਸਿਰਸਾ ਤੋਂ। ਸੋ ਇੱਕ ਕਾਲ ਲੈ ਕੇ ਤੇ ਫਿਰ ਮੈਂ ਬ੍ਰੇਕ ਲਵਾਂਗਾ। ਸਤਿ ਸ੍ਰੀ ਅਕਾਲ ਜੀ, ਆਉਣੇ ਰਹੋ ਤੁਸੀਂ 98-149 ਤੇ ਜੀ। ਹਾਂਜੀ, ਧੰਨਵਾਦ ਸਾਹਿਬ ਤੁਹਾਨੂੰ ਤੇ ਆਪਣੇ ਬਾਈ ਜੀ ਪੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਰਾਏ ਕਾਲ ਕਰ ਰਹੇ ਜੀ ਕੈਨੇਡਾ ਤੋਂ। ਗੱਲ ਇਹ ਸੀ ਕਿ ਬਾਈ ਜੀ ਵੀ ਜੇ ਗੌਰਮੈਂਟ ਨਹੀਂ ਜਾਂਚ ਦਿੰਦੀ ਮਾਰਦੀ, ਮਾਰਨਾ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਹਨੂੰ ਗੋਲੀ ਨੇ ਮਾਰਨਾ ਹੈਗਾ ਜੀ। ਉਹਨਾਂ ਨੂੰ ਥੋੜੀ ਥੋੜੀ ਦਵਾਈ ਪਾ ਕੇ ਮਾਰਿਆ ਜਾਵੇ ਹਰ ਰੋਜ਼, ਜੇ ਇੱਕ ਬੰਦਾ ਸੋਚ ਲਵੇ ਵੀ ਇੱਕ ਦੋ ਨੂੰ ਪਾਉਣੀ ਹੈ, ਇੱਕ ਦੋ ਅੱਜ ਵਰ ਗਏ, ਇੱਕ ਦੋ ਉਹ ਰੌਲਾ ਤਾਂ ਇਹ ਪੈਂਦਾ ਜੀ ਉਹਦੀ ਤੁਰ ਪੈਂਦੇ ਆਪਣੇ ਵਾਲੇ ਹੀ, ਬਿਨਾਂ ਗੱਲ ਤੋਂ ਧੂਰੀ ਕੋਲੇ ਲੱਗਣ ਲੱਗਾ ਸੀ ਆਹ ਮੀਟ ਦਾ ਕਾਰਖਾਨਾ, ਜਬ ਮੁੱਕ ਜਾਂਦਾ ਆਪਣੇ ਕੀ ਕਹਿੰਦੇ ਆ ਅਵਾਰਾ ਪਸ਼ੂਆਂ ਤੋਂ ਥੋੜਾ ਮੋਟਾ ਹੈ ਜੀ, ਉਦੋਂ ਇਹ ਤਾਂ ਪਹਿਲਾਂ ਮੇਰਾ ਦਰਬਾਰਾ ਸਾਹਿਬ ਨੇ ਵੀ ਲਾਇਆ ਸੀਗਾ ਜੀ ਬੁੱਚੜਖਾਨਾ, ਪਰ ਸਾਡੇ ਲੋਕਾਂ ਨੂੰ ਪਤਾ ਨੀ ਖਾਸ ਕਰਕੇ ਉਹ ਸਾਰੀ ਰਾਤ ਆਪਣੇ ਵਾਲੇ ਕਿਸਾਨ ਜੀ ਉਹਨਾਂ ਖੇਤਾਂ ਦੇ ਵਿੱਚ ਕਿਸਾਨ ਤੁਰੇ ਫਿਰਨਗੇ ਡਾਂਗਾ ਮਾਰਦੇ, ਉਦੋਂ ਫਿਰ ਯਾਦ ਆ ਜਾਂਦਾ। ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਨੂੰ ਥੋੜੀ ਥੋੜੀ ਦਵਾਈ ਪਾਈ ਜਾਵੇ ਇੱਕ ਇੱਕ ਦੋ ਦੋ ਨੂੰ ਹਰ ਰੋਜ਼,
ਤੇ ਕੋਈ ਪਰਚਾ ਨੀ ਹੁੰਦਾ ਕੋਈ ਵੱਖ ਨੀ ਹੁੰਦਾ ਪਰ ਸਾਡੇ ਪਿੰਡਾਂ ਦੇ ਚੁਗਲੀਆਂ ਕਰ ਦਿੰਦੇ ਜੀ ਉਹਦੀ ਚੁਗਲੀਆਂ ਕਰ ਦਿੰਦੇ ਚੁਗਲੀ ਕਰ ਦਿੰਦੇ ਜੀ ਬਸ ਓਦਾਂ ਹੀ ਅੱਜ ਕੱਲ ਤਾਂ ਇਹ ਹੋ ਗਿਆ ਵੀ ਜਿਹੜੀ ਚੀਜ਼ ਘੱਟ ਆ ਉਹਦੀ ਕਦਰ ਆ ਜਿਹੜੀ ਚੀਜ਼ ਵਾਲੀ ਉਹਦੀ ਬੇਕਦਰੀ ਆ ਮਿਹਰਬਾਨੀ ਬਿਲਕੁਲ ਕਿਉਂ ਨਾ ਹੋਵੇ ਮਿਹਰਬਾਨੀ ਸਰ ਧੰਨਵਾਦ ਜੀ ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ ਹਰ ਤਰ੍ਹਾਂ ਦੀ ਗਰੋਸਰੀ ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ ਜਿੱਥੇ ਮਿਲੇਗਾ ਵਧੀਆ ਖਾਣਾ ਦੋ ਪਰੌਂਠੇ ਸਿਰਫ 4.99 ਚ ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6658 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज जेबी ट्रक रिपेयर यूपा सिटी सर्टिफाइड क्यूमिंस डेट्रॉइट फ्रेट लाइनर वेस्टर्न स्टार वॉल्वो कैटरपिलर अते सीरीज 60 इंजन्स इंटरनेशनल अते ऑटोमेटिक ट्रांसमिशन्स 5 साल दा फ्रेट लाइन डीलरशिप दा एक्सपीरियंस ए इंजन ट्रक ट्रेलर एसी इलेक्ट्रिकल डीपीएफ डीईएफ रिपेयर करदे हन ट्रांसमिशन रियर एंड ब्रेक्स ऑयल चेंज कर देंदे हन सर्टिफाइड 90 डे डीओटी इंस्पेक्शन अते सर्टिफाइड एनुअल फेडरल डीओटी ਇੰਸਪੈਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ ਜਸੀ ਆ ਕੀ ਅਸੀਂ ਪਹੁੰਚ ਵੀ ਗਏ ਤੁਸੀਂ ਹਜੇ ਤਿਆਰ ਨਹੀਂ ਹੋਏ ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ ਤਿਆਰ ਕੀ ਹੋਵਾਂ ਪ੍ਰੀਤ ਦੇ ਪਾਪਾ ਤਾਂ ਆਏ ਨੀ ਕਿਉਂ ਕੀ ਹੋ ਗਿਆ ਹੋਣਾ ਕੀ ਆ ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ ਘਰੇ ਤਾਂ ਆਉਣਾ ਨੀ ਜਦੋਂ ਦੇਖੋ ਖਰਾਬ ਹੀ ਰਹਿੰਦਾ ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ ਜੀ ਹਾਂ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨਸ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸਟਿਕ ਰੀਬਿਲਡ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲੱਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-770-0460 ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲੋਸਟ ਹਿਲ ਟ੍ਰੈਵਲ ਸੈਂਟਰ 14814 ਐਲੋਮ ਸਟਰੀਟ ਲੋਸਟ ਹਿਲਸ ਫੋਨ ਨੰਬਰ 661-797-2345 ਰਾਣਾ ਸ਼ੂਗਰ ਲਿਮਿਟਡ ਮੋਟਰ ਸਿਵੀ ਅੰਮ੍ਰਿਤਸਰ ਦਾ ਵੱਡਾ ਦਾਵਾ ਚੁਕੰਦਰ ਦੀ ਖੇਤੀ ਕਰੋ ਕਣਕ ਨਾਲੋਂ ਵੱਧ ਮੁਨਾਫਾ ਕਮਾਓ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ ਤੇ ਜਿਸ ਜਗ੍ਹਾ ਤੇ ਚੁਕੰਦਰ ਦੀ ਖੇਤੀ ਹੁੰਦੀ ਹੈ ਉਸ ਦੀ ਉਪਜਾਊ ਸ਼ਕਤੀ ਵਧਦੀ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸੁਖਚੈਨ ਸਿੰਘ ਹੋਰਾਂ ਨਾਲ 9889976099 98 88 99 76 09 ਚਕੰਦਰ ਦੀ ਖੇਤੀ ਕਰੋ ਵੱਧ ਆਮਦਨ ਰਾਣਾ ਸ਼ੂਗਰਸ ਲਿਮਿਟਡ ਬੁੱਟਰ ਸੀਵੀਆਂ ਅੰਮ੍ਰਿਤਸਰ